ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕੁਛ ਗੱਲਾਂ ਬਾਈਬਲ ਦੀ, ਤੁਸੀਂ ਪੜ੍ਹ ਕੇ ਨਿਕਲ ਜਾਓਗੇ ਲੇਕਿਨ ਤੁਹਾਨੂੰ ਸਮਝ ਨਹੀਂ ਆਉਣੀ। ਬਾਈਬਲ 'ਤੇ ਜਿੱਥੇ ਸਟੋਪ ਲਿਖਿਆ ਹੋਇਆ ਉੱਥੇ ਸਟੋਪ ਹੋ ਜਾਓ, ਜਿੱਥੇ ਕੋਈ ਨਿਸ਼ਾਨ ਚਿੰਨ੍ਹ ਕੇ ਉੱਥੇ ਰੁਕ ਜਾਓ। ਬਾਈਬਲ ਦੀ ਗੱਲ ਫਿਰ ਤੁਸੀਂ ਇਹਨੂੰ ਲੈ ਕੇ ਅੱਗੇ ਚੱਲੋ, ਫਿਰ ਤੁਸੀਂ ਗਿਆਨ ਸਿੱਖੋਗੇ ਮੈਨੂੰ ਕੀ ਕਰਨਾ। ਇਹ ਗੱਲ ਜਿਹੜੀ ਸਿਖਾਈ ਆ ਇਹਨੇ ਪਰਮੇਸ਼ੁਰ ਨੇ ਮੇਰੇ ਉੱਥੇ ਰੁਤਬੇ ਨੂੰ ਉੱਪਰ ਕਰ ਦਿੱਤਾ। ਫਿਰ ਮੈਂ ਮੀਟਿੰਗਾਂ ਕੀਤੀਆਂ ਔਰ ਉਸ ਤੋਂ ਬਾਅਦ ਘਰਾਂ 'ਚ ਮੇਰੀਆਂ ਮੀਟਿੰਗਾਂ ਹੋਈਆਂ ਬਹੁਤ ਸਾਰੀਆਂ, ਕਿਤੇ ਕਿਤੇ 50-60 ਲੋਕ ਰਾਤ ਨੂੰ ਇਕੱਠੇ ਹੁੰਦੇ ਸੀ ਘਰਾਂ 'ਚ ਜਿੱਥੇ ਮੈਂ ਪ੍ਰੀਚ ਕਰਦਾ ਸੀ ਲੋਕਾਂ ਨੂੰ। ਔਰ ਖੁਦਾ ਨੇ ਲਾਸਟ ਵਾਰੀ ਆਉਂਦੇ ਆਉਂਦੇ ਇੱਕ ਮੈਰੀਕਲ ਕੀਤਾ ਬਹੁਤ ਜ਼ਬਰਦਸਤ। ਕੋਈ ਬੱਚਾ ਬਿਮਾਰ ਸੀ, ਉਹ ਕਿਸੇ ਦੂਸਰੀ ਜਗ੍ਹਾ ਤੋਂ ਆਇਆ ਹੋਇਆ ਸੀ ਅਤੇ ਉਹਨੂੰ ਪਤਾ ਲੱਗਾ ਪਾਸਟਰ ਇੱਥੇ ਆਏ ਅਤੇ ਉਹਨੂੰ ਕੋ ਦੁਆ ਕਰਾਉਂਦੇ ਹਾਂ। ਬੱਚੇ ਦੇ ਪਾਈਪ ਲੱਗੇ ਹੋਏ ਸਾਰੇ ਸਰੀਰ ਨੂੰ, ਹੌਸਪੀਟਲ ਪਿਆ ਦੀ ਉਹਦੀ ਬੂਆ ਨੇ ਉਹਨੂੰ ਉਠਾਉਣ ਦੀ ਕੋਸ਼ਿਸ਼ ਕੀਤੀ, ਬੱਚਾ ਨਹੀਂ ਉੱਠਿਆ। ਮੈਂ ਉਹਨੂੰ ਘਰ ਰਹਿਣ ਦੇ, ਪਾਈਪ ਲੱਗੇ ਸੀ ਉਹਦੇ। ਮੈਂ ਦੁਆ ਕੀਤੀ, ਮੈਂ ਖੁਦਾ ਨੂੰ ਕਿਹਾ ਪ੍ਰਭੂ ਤੂੰ ਬੱਚਿਆਂ ਨੂੰ ਹੱਥ ਰੱਖ, ਉਹਨੂੰ ਬਰਕਤ ਹੀ ਆ, ਅੱਜ ਤੇਰਾ ਦਾਸ ਉਸ ਬੱਚੇ ਨੂੰ ਆਸ਼ੀਸ਼ ਦਿੰਦਾ। ਮੇਰੀ ਅੱਖਾਂ 'ਚ ਉੱਥੋਂ ਡਿੱਗ ਗਏ, ਮੈਨੇ ਦੁਆ ਕੀਤੀ ਅਤੇ ਥੋੜ੍ਹੀ ਦੇਰੀ ਹੋਈ, ਮੈਂ ਕਿਹਾ ਕੋਈ ਨਹੀਂ ਇਹਨੇ ਸ਼ਾਮ ਤੱਕ ਇਹਨੇ ਠੀਕ ਹੋ ਜਾਣਾ, ਮੇਰੇ ਮੂੰਹ 'ਚੋਂ ਨਿਕਲਿਆ। ਉਹ ਕੌਫੀ ਲੈਣ ਚਲੇ ਗਏ ਅਤੇ ਮੈਂ ਕਿਹਾ ਮੈਂ ਕੌਫੀ ਨਹੀਂ ਪੀਣੀ, ਮੈਂ ਚਲੇ ਜਾਣਾ ਬਸ ਉਹਨਾਂ ਤੋਂ। ਉਹਨਾਂ ਨੇ ਮੈਨੂੰ ਆ ਦਿੱਤਾ, ਜਿੰਨੀ ਦੇਰ ਉਹ ਕੌਫੀ ਲਿਆਉਣ ਨੂੰ ਲੱਗੀ ਮੁੰਡਾ ਉੱਠ ਕੇ ਬੈੱਡ ਤੋਂ ਖੜ੍ਹਾ ਹੋ। ਮੈਂ ਸ਼ਾਮ ਨੂੰ ਕਿਹਾ ਸੀ, ਖੁਦਾ ਨੇ ਉਹਨੂੰ ਉਸ ਵੇਲੇ ਠਾ ਖੜ੍ਹਾ ਕਰਤਾ। ਉਹਦੀ ਇੱਕ ਪ੍ਰੋਬਲਮ ਸੀ ਕਿ ਉੱਥੇ ਮੇਰੇ ਕੋਈ ਰਿਕਾਰਡਿੰਗ ਕਰਨਾ ਨਹੀਂ ਸੀ, ਨਹੀਂ ਤਾਂ ਮੈਂ ਤੁਹਾਨੂੰ ਇੰਨੀਆਂ ਪਾਈਪ ਲੱਗੇ ਦਿਖਾਉਣਾ ਉਹਦੇ ਮੂੰਹ 'ਚ, ਗਲੇ 'ਚ, ਹੱਥਾਂ 'ਚ, ਇੰਨੇ ਪਾਈਪ ਲੱਗੇ ਦਿਖਾਉਣਾ, ਤੁਸੀਂ ਆਪ ਹੀ ਮਲੂਮ ਕਰਨ ਦੇ ਕਿ ਇਹ ਮੌਤ ਦੇ ਮੂੰਹ ਵਿੱਚ ਚਲਾ ਗਿਆ ਆ ਬੱਚਾ। ਖੁਦਾ ਨੂੰ ਉਠਾ ਕੇ ਉਹਨੂੰ ਖੜ੍ਹਾ ਕੀਤਾ। ਫਿਰ ਉਹਦੇ ਡੈਡੀ ਨੇ ਬੜਾ ਪਿਆਰ ਕੀਤਾ, ਸ਼ਾਮ ਮੀਟਿੰਗ ਅਟੈਂਡ ਕੀਤੀ, ਨੌਨ ਕ੍ਰਿਸਚਨ ਬੰਦਾ ਸੀ ਔਰ ਮੈਨੂੰ ਔਫਰਿੰਗ 'ਤੇ ਬੜਾ ਪਿਆਰ ਕੀਤਾ ਉਹਨੇ। ਮੈਂ ਤਾਂ ਦੱਸਣਾ ਚਾਹੁੰਦਾ ਇਹ ਪਤਾ ਕਦੋਂ ਹੋਇਆ, ਮੈਂ ਇੱਕ ਔਰ ਉੱਥੇ ਮਹਿਸੂਸ ਕੀਤਾ ਕਿ ਇੰਨੀਆਂ ਮੀਟਿੰਗਾਂ ਅੱਗੇ ਵੀ ਕਦੀ ਬੁੱਕ ਨਹੀਂ ਹੋਈਆਂ, ਲੋਕ ਕਿਉਂ ਇੰਨੀਆਂ ਮੈਨੂੰ ਬਾਰ ਬਾਰ। ਮੈਂ ਦੁਆ ਕੀਤੀ ਅਤੇ ਮੈਨੂੰ ਅੰਦਰ ਮੇਰੀ ਇੱਕ ਅਗਵਾਈ ਹੋਈ ਕਿ ਜਿਹੜੀ ਪਿੱਛੋਂ ਪ੍ਰੇਅਰ ਚੱਲਦੀ ਪਈ ਨਾ ਉਹਦਾ ਜ਼ੋਰ ਪੈ ਗਿਆ ਹੈ ਕੈਨੇਡਾ ਦੇ ਵਿੱਚ। ਬੋਲੋ, ਜਿਹੜੀ ਪਿੱਛੇ ਪ੍ਰੇਅਰ ਚੱਲ ਰਹੀ ਨਾ ਚਰਚ ਵਿੱਚ, ਚਲੋ ਪ੍ਰੇਅਰ ਕਰ ਰਿਹਾ, ਉਹਦਾ ਕੀ ਪੈ ਗਿਆ? ਬੋਲੋ, ਉਹਦਾ ਕੀ ਪੈ ਗਿਆ? ਉਹਦਾ ਜ਼ੋਰ ਪੈ ਗਿਆ ਹੈ। ਅਤੇ ਜਿਹੜੀ ਪ੍ਰੇਅਰ ਤੁਸੀਂ ਕੀਤੀ, ਜਿਹੜੀਆਂ ਜੇਲ੍ਹ ਵਿੱਚੋਂ ਜਿਵੇਂ ਪਤਰਸ ਬਾਹਰ ਆ ਗਿਆ ਤਿਵੇਂ ਲੋਕਾਂ ਦੇ ਦਰਵਾਜ਼ੇ ਖੁੱਲ੍ਹ ਗਏ ਨਾ ਜੇਲ੍ਹ ਦੇ, ਤਿਵੇਂ ਮੇਰੇ ਲਈ ਵੀ ਕੈਨੇਡਾ ਦੇ ਦਰਵਾਜ਼ੇ ਖੁੱਲ੍ਹ ਗਏ ਲੋਕਾਂ ਦੇ ਘਰਾਂ 'ਚ। ਅਤੇ ਮੈਂ ਕਈ ਮੀਟਿੰਗਾਂ ਕੈਂਸਲ ਕਰ ਦਿੱਤੀਆਂ, ਕਈ ਮੈਂ ਕਰ ਹੀ ਨਹੀਂ ਸਕਿਆ, ਇੰਨੀਆਂ ਮੀਟਿੰਗਾਂ ਬੁੱਕ ਹੋਈਆਂ, ਇੰਨੀਆਂ ਮੀਟਿੰਗਾਂ ਬੁੱਕ ਹੋਈਆਂ ਕਿ ਰਾਤ ਨੂੰ ਰੋਜ਼ ਘਰਾਂ 'ਚ ਲੋਕ ਇਕੱਠੇ ਹੁੰਦੇ ਅਲੱਗ ਅਲੱਗ ਜਗ੍ਹਾ 'ਤੇ ਜਾ ਜਾ ਕੇ, ਲੋਕ ਕਾਰਾਂ 'ਚ ਆ ਜਾਂਦੇ ਦੇਖਣ ਵਾਸਤੇ, ਸੁਣਨ ਵਾਸਤੇ, ਕੋਈ ਕਿੱਥੇ ਰਹਿ ਰਿਹਾ ਜਗ੍ਹਾ 'ਤੇ ਉਹ ਕਿੱਥੇ ਰਹਿ ਰਿਹਾ ਮੈਨੂੰ ਆ ਜਾਂਦੇ। ਇਹ ਸਾਰੀ ਮਹਿਮਾ ਅਸੀਂ ਆਪਣੇ ਖੁਦਾ ਨੂੰ ਦਿੰਦੇ ਹਾਂ ਅਤੇ ਤੁਹਾਡੀਆਂ ਦੁਆਵਾਂ ਦੇ ਅਸਰ ਦੇ ਨਾਲ ਪਰਮੇਸ਼ੁਰ ਨੇ ਮੈਨੂੰ ਬਹੁਤ ਤਾਜ਼ ਤਨਾ ਇਸਤੇਮਾਲ ਕੀਤਾ ਆਪਣੇ ਵਚਨ ਦੀ ਸੇਵਾ ਦੁਆਰਾ। ਉਸ ਤੋਂ ਬਾਅਦ ਜਿਹੜੀ ਮੈਂ ਦੁਆ ਕੀਤੀ ਹੈ, ਹੁਣ ਮੈਨੂੰ ਪਤਾ ਨਹੀਂ ਉਹ ਕਿੰਨਾ ਕਿੰਨਾ ਚਿਰ ਕੀ ਹੋਇਆ, ਖੁਦਾ ਜਾਂਦਾ ਕੋਈ ਮੈਸੇਜ ਆਉਣਗੇ ਬਾਅਦ 'ਚ ਤਾਂ ਪਤਾ ਲੱਗੇਗਾ। ਬਾਕੀ ਇੱਕ ਔਰ ਜਿਹਦੇ ਮੈਨੂੰ ਖਾਸ ਕਰਕੇ ਬੁਲਾਇਆ ਗਿਆ, ਜਿਹੜੇ ਦੋ ਜੁੜਵਾ ਬੱਚੇ ਜਿਹਨੇ ਪਿਕਚਰ ਦੇਖੀ, ਜਿਹਨੇ ਪਿਕਚਰ ਦੇਖੀ ਬੇਬੀ 10 ਸਾਲ ਬਾਅਦ ਦੇ, ਉਹਨਾਂ ਦੇ ਜਿਹਦੇ ਕਰਕੇ ਬਾਤ ਉਹਨੇ ਕਰਾਈ, ਉਹਨਾਂ 'ਚ ਇੱਕ ਬੱਚਾ ਬੋਲਦਾ ਨਹੀਂ ਸੀ, ਇੱਕ ਬੱਚਾ ਬੋਲਦਾ ਨਹੀਂ ਸੀ ਤਾਂ ਉਹ ਪਰੇਸ਼ਾਨ ਸੀ। ਉਹਦਾ ਡੈਡੀ ਕਹਿੰਦਾ ਸੀ ਕਿ ਮੈਨੂੰ, ਉਹ ਆਪਣੀ ਵਾਈਫ ਨੂੰ ਕਹਿੰਦਾ ਆਪਾਂ ਮੀਟਿੰਗ ਜਿਹੜੀ ਸੁੱਖਣਾ ਸੁੱਕੀ ਸੀ ਨਾ ਸ਼ਾਇਦ ਉਹ ਪੂਰੀ ਨਹੀਂ ਕੀਤੀ ਅਤੇ ਇਸ ਕਰਕੇ ਹੋ ਗਿਆ। ਵਿੱਚ ਲੋਕਡਾਊਨ ਆ ਗਿਆ, ਮੈਂ 3 ਵਾਰੀ ਉੱਥੇ ਦੀ ਮੀਟਿੰਗ ਕੈਂਸਲ ਕੀਤੀ ਕੈਨੇਡਾ ਦੀ, ਨਹੀਂ ਜਾ ਸਕੀਆਂ ਕਿਸੇ ਵਜ੍ਹਾ ਨਾਲ।
ਉਹਨੇ ਆਪਣੀ ਵਾਈਫ ਨੂੰ ਕਿਹਾ ਜਿੱਦਣ ਪਾਸਟਰ ਵਿਜੇ ਆ ਗਿਆ ਨਾ ਸਾਡਾ ਬੱਚਾ ਬੋਲ ਪੈਣਾ। 4 ਸਾਲ ਦਾ ਬੱਚਾ ਕਿ ਬੋਲਦਾ ਨਹੀਂ, ਖੁਦਾ ਨੂੰ ਜਲਾਲ ਮਿਲੇ। ਉਹਦੇ ਵਿਸ਼ਵਾਸ ਨੇ ਕੰਮ ਕੀਤਾ। ਜਿਵੇਂ ਮੈਂ ਚਲਾ ਗਿਆ, ਮੀਟਿੰਗ ਹੋ ਗਈ, ਉਹਨਾਂ ਦੇ ਘਰ ਠਹਿਰਿਆ, ਇੱਕ ਦਿਨ ਬੱਚਾ ਕਹਿੰਦਾ ਮੰਮੀ ਮੈਨੂੰ ਵੀ ਅੱਛਾ ਲੱਗਾ, ਮੇਰਾ ਮਨ ਭਰ ਆਇਆ, ਮੈਂ ਪ੍ਰਭੂ ਦਾ ਥੈਂਕਸ ਕੀਤਾ। ਮੈਂ ਕਿਹਾ ਮੈਨੂੰ ਪਤਾ ਆ, ਉਹਦੀ ਮਾਂ ਦੇ ਅੱਖਾਂ 'ਚ ਅੱਥਰੂ ਸੀ, ਡੈਡੀ ਵੀ ਉਹਦਾ ਇੱਦਾਂ ਹੋਇਆ ਪਿਆ ਸੀ। ਕਹਿੰਦਾ ਅੱਜ ਭਾਅ ਜੀ ਇਹਨੇ ਅੱਜ ਇਹਨੇ ਪਾਜੀ ਸਾਹਿਬ ਗੱਲ ਕਹੀ ਆ ਮੰਮੀ। ਫਿਰ ਉਹ ਰੋਜ਼ ਕਦੀ ਮੰਮੀ ਕਦੀ ਡੈਡੀ, ਪਰਮੇਸ਼ੁਰ ਨੂੰ ਜਲਾਲ ਮਿਲੇ। 4 ਸਾਲਾਂ ਬਾਅਦ ਉਹ ਬੱਚਾ ਬੋਲ ਪਿਆ। ਉਹ ਮੇਰੀ ਦੁਆਨਾ ਨਹੀਂ ਸੀ, ਉਹਦੇ ਅਨੁਗ੍ਰਹਿ ਨਾਲ ਸੀ, ਕਿਉਂਕਿ ਉਹ ਵਿਸ਼ਵਾਸ ਸੀ ਕਿ ਜਿਸ ਅਸੀਂ ਮੀਟਿੰਗ ਸੁਖਣਾ ਪੂਰੀ ਕਰ ਦਿੱਤੀ ਅਤੇ ਖੁਦਾ ਨੇ ਇਹਦੀ ਜ਼ਬਾਨ ਕੀ ਕਰ ਦੇਣੀ ਹੈ। ਖੁਦ ਦੋਨੋਂ ਬੱਚੇ ਮਹਿਫੂਜ਼ ਆ, ਬਹੁਤ ਅੱਛੇ ਆ, ਅੱਛੇ ਤਰੀਕੇ ਨਾਲ ਦੌੜਦੇ ਭੱਜਦੇ ਆ, ਅਤੇ ਸੌਣ ਵੀ ਨਹੀਂ ਦਿੰਦੇ ਕਿਸੇ ਨੂੰ, ਨਾ ਸੌਣਦੇ ਅਤੇ ਨਾ ਸੌਣ ਦਿੰਦੇ। ਇੱਕ ਆਉਂਦਾ ਇੱਦਾਂ, ਤੁਸੀਂ ਖਾਣੇ 'ਤੇ ਦੁਆ ਕਰੋਗੇ ਤੁਹਾਡਾ ਪਰੌਠਾ ਗੈਰ, ਦੂਸਰਾ ਆਏਗਾ ਤੁਹਾਡਾ ਗਲਾਸ ਪਾਣੀ ਦਾ ਪਿਆ ਆ ਉਹ 'ਚ ਹੱਥ ਪਾ ਦੇਣਾ ਉਹਨੇ। ਔਰ ਸ਼ਾਮ ਨੂੰ ਰਾਤ ਨੂੰ ਸੌਂਦੇ 11-12 ਵਜੇ, ਸਵੇਰੇ ਉੱਠ ਜਾਂਦੇ ਆ, ਨਾ ਸੌਂਦੇ ਅਤੇ ਬੋਲੋ ਨਾ। ਮੈਨੂੰ ਇੱਕ ਗੱਲ ਕਹੀ, 10 ਸਾਲ ਬਾਅਦ ਮਿਲੇ ਆ, ਹੁਣ ਇੱਦਾਂ ਹੀ ਹੋਣਾ ਆ, ਜਦ ਤੱਕ ਉਹ ਸਿਆਣੇ ਨਹੀਂ ਹੁੰਦੇ ਥੋੜ੍ਹੇ ਤਦ ਤੱਕ ਇਹਦਾ ਚੱਲਣਾ ਕੰਮ ਹੈ। ਪਰ ਸਰ ਦੁਆ ਕਰ ਦਿਓ ਥੋੜ੍ਹੀ ਸ਼ਾਂਤ ਤਾਂ ਹੋਣ, ਸ਼ਾਂਤ ਤਾਂ ਤੁਸੀਂ ਪਹਿਲੋਂ ਸੀ ਦਿਲ ਇਹ ਨਹੀਂ ਸੀ, ਹੁਣ ਸ਼ਾਂਤ ਨਹੀਂ, ਹੁਣ ਬਰਕਤ ਆ ਤੇਰੇ ਘਰ ਵਿੱਚ। ਬਾਈਬਲ ਦੀ ਐਤ ਪੂਰੀ ਹੋਈ, ਐਤ ਕਿਹੜੀ ਪੂਰੀ ਹੋਈ? ਤੇਰੀ ਮੇਜ਼ ਦੇ, ਬੋਲੋ ਇਰਦ ਗਿਰਦ 28 ਜ਼ਬੂਰ ਪੂਰਾ ਹੋਇਆ। ਇੱਦਾਂ ਹੀ ਹੁੰਦੇ ਜਿੱਥੋਂ ਦੇ ਬੂਟਿਆਂ ਵਾਂਗੂ, ਫਿਰ ਕੋਈ ਰੋਟੀ ਚੱਕ ਕੇ ਲੈ ਗਿਆ ਅਤੇ ਕੋਈ ਪਾਣੀ ਡੋਲ ਗਿਆ, ਕੋਈ ਸਬਜ਼ੀ ਰੋੜਤੀ। ਮੈਂ ਖਾਣਾ ਖਾ ਰਿਹਾ ਸੀ, ਮੈਂ ਦੁਆ ਕਰ ਲੱਗਾ, ਮੇਰੇ ਗਲਾਸ 'ਚ ਉਹਨੇ ਹੱਥ ਪਾ ਦਿੱਤਾ, ਫਿਰ ਆਇਆ ਦੂਜਾ ਉਹ ਦਹੀਂ 'ਚ ਪਾ ਗਿਆ। ਸੁਣੀ ਇੱਕ ਬੜਾ ਇੰਜੋਏ ਸੀ ਨਾ ਬੱਚਿਆਂ ਨਾਲ, ਜਿੰਨੇ ਦਿਨ ਮੈਂ ਰਿਹਾ। ਵੈਸੇ ਬੱਚਾ ਨਾਲ ਮੇਰਾ ਵੈਸੇ ਬੜਾ ਪਿਆਰ ਆ, ਬੜੀਆਂ ਸ਼ਰਾਰਤਾਂ ਉਹਨੇ ਕੀਤੀਆਂ। ਇਹ ਸਭ ਖੁਦਾ ਨੂੰ ਮਹਿਮਾ ਆ, ਉਸ ਘਰ 'ਚ ਉਹ ਘਰ ਨੂੰ ਖੁਦਾ ਨੇ ਬਹਾਲ ਕੀਤਾ। 10 ਸਾਲ ਬਾਅਦ ਬੱਚੇ ਹੋਏ, ਰੋ ਪਈ ਉਹ, ਕਹਿੰਦੀ ਜਿਵੇਂ ਕਿਸੇ ਨੇ ਸਾਨੂੰ ਵੱਡੇ 'ਤੇ ਬੁਲਾਉਣਾ ਅਤੇ ਸਾਸੀ ਰੋਣਾ ਲੋਕਾਂ ਦੇ ਬੱਚਿਆਂ ਦੇ ਵੱਡੇ 'ਤੇ, ਅਤੇ ਕਿਸੇ ਨੇ ਕੁਛ ਕਰਨਾ, ਕਿਸੇ ਨੇ ਕੁਛ ਕਰਨਾ, 10 ਸਾਲ ਅਸੀਂ ਰੋ ਰੋ ਕੇ ਕੱਟੇ ਆ। ਉਹਨੂੰ ਮੈਂ ਇੱਕ ਗੱਲ ਕਹੀ, ਹੁਣ ਤੇਰੇ ਅੱਥਰੂ ਕਦੀ ਨਹੀਂ ਵਗਣੇ, ਕਿਉਂਕਿ ਤੇਰੇ ਖੁਦਾ ਨੇ ਤੇਰੇ ਸਾਰੇ ਅੱਥਰੂ ਕੀ ਕਰਤੇ ਆ, ਪੋਚਤੇ। ਇੱਕ ਗੀਤ ਗੰਦ, ਵੇਖਿਆ ਖੁਦਾ ਨੇ ਜਿਹੜੇ ਅੱਥਰੂ ਬਹਾਏ, ਵਾਦੇ ਜਿਹੜੇ ਇਸ ਦੁੱਖਾਂ ਦੇ ਪਹਾੜਾਂ, ਸੋਗ ਖੁਸ਼ ਚ ਬਦਲ ਜਾਵੇਗਾ, ਸੋਗ ਖੁਸ਼ ਚ ਹੋ ਜਦ ਰੂਹ ਦਾ ਮਸਾ ਆਵੇਗਾ, ਹੋ ਜਦ ਤੇ ਸੋਗ ਖੁਸ਼ ਚ ਬਦਲ ਜਾਵੇਗਾ, ਸੋਗ ਖੁਸ਼ ਚ ਹੋ ਜਦ ਰੁਦਾ ਮਸਾ। ਖੁਦਾ ਨੂੰ
ਮਹਿਮਾ ਮਿਲੇ, ਵਚਨ ਸੁਣਾਂਗੇ ਪਰਮੇਸ਼ਰ ਦਾ। ਸੁਣੀ ਜਿਲੇ ਸੇ ਮਤੀ ਇੰਜਿਲ ਪੜ੍ਹਦੇ ਨਾ, ਐਂਡ ਵੈਨ ਵੀ ਰੀਡ ਦ ਬੁੱਕ ਆਫ ਮੈਥਿਊ, ਉੱਥੇ ਯਸੂ ਸੇ ਨੇ ਗੱਲ ਕੀ, ਐਂਡ ਲਾਰਡ ਜੀਸਸ ਸੈਡ ਦੇਅਰ, ਪਤਾ ਕੀ ਕਿਹਾ, ਵਾਟ ਹੀ ਸੈਡ, ਕੋਈ ਖੇਤ ਦੇ ਕੇ ਆਪਣਾ ਚਲਾ ਗਿਆ ਨੌਕਰਾ ਚੱਕਰਾਂ ਨੂੰ, ਐਂਡ ਸਮਬਡੀ ਗੇਵ ਹਿਸ ਫੀਲਡ ਐਂਡ ਹੀ ਵੈਂਟ ਅਵੇ, ਉਹਨਾਂ ਨੇ ਕੀ ਕੀਤਾ, ਐਂਡ ਵਾਟ ਦੇ ਡਿਡ ਟੂ ਦ, ਬਾਈਬਲ ਕਹਿੰਦੀ ਉਹਨਾਂ ਨੇ ਐਸ਼ਪ੍ਰਸਤੀ ਕੀਤੀ, ਐਂਡ ਦੇ ਜਸਟ ਐਂਟਰਟੇਨਡ, ਔਰ ਜੋ ਕੁਛ ਦਿਲ 'ਚ ਚੜ੍ਹਨ ਕੀਤਾ, ਐਂਡ ਵਟ ਐਵਰ ਦੇ ਫੈਲਟ ਲਾਈਕ ਦੇ ਡਿਡ, ਉੱਥੇ ਇਦਾਂ ਲਿਖਿਆ, ਐਂਡ ਇਟ ਇਜ਼ ਰਿਟਨ ਦੇਅਰ, ਜਿਲੇ ਮਾਲਕ ਵਾਪਸ ਆਏਗਾ, ਐਂਡ ਵੈਨ ਦ ਮਾਸਟਰ ਕਮਸ ਬੈਕ, ਇਹਨਾਂ ਦਾ ਕੀ ਕਰੇਗਾ, ਵਟ ਵਿਲ ਹੀ ਡੂ ਵਿਦ ਦੈਮ, ਜਿਨ੍ਹਾਂ ਲੋਕਾਂ ਨੂੰ ਖੇਤ ਸੌਂਪਿਆ ਗਿਆ, ਐਂਡ ਦੋਜ਼ ਹੂ ਹੈਵ ਬੀਨ ਗਿਵਨ ਟੂ ਟੇਕ ਕੇਅਰ ਆਫ, ਤਾਂ ਇਹਨਾਂ ਦਾ ਕੀ ਕਰੇਗਾ ਨਾ, ਐਂਡ ਵਟ ਗੋਡ ਵੁੱਡ ਡੂ ਵਿਦ ਦੈਮ, ਇਹਨੂੰ ਖਿਆਲ ਨਾਲ ਸੁਣਨਾ, ਦਾ ਪੇ ਅਟੈਂਸ਼ਨ ਟੂ ਦਿਸ, ਜਿਨ੍ਹਾਂ ਨੂੰ ਪਰਮੇਸ਼ਰ ਨੇ ਉਹ ਖੇਤ ਸੌਂਪਿਆ ਸੀ, ਐਂਡ ਟੂ ਹੂਮ ਦ ਗੋਡ ਗੇਵ ਦੋਜ਼ ਫੀਲਡਸ, ਇਹਨਾਂ ਦਾ ਮਾਲਕ ਆਏਗਾ, ਇਹਨਾਂ ਨੂੰ ਐਸ਼ਪ੍ਰਸਤੀ ਕਰਦੇ ਵੇਖਿਆ, ਸ਼ਰਾਬਾਂ ਪੀਣ ਲੱਗ ਗਏ, ਨਾਚ ਰਾਂਗ ਕਰਨ ਲੱਗ ਗਏ, ਬਹੁਤ ਕੁਛ ਉਹਨੇ ਕੀਤਾ, ਉਸ ਇੱਕ ਉਦਾਹਰਣ ਦਿੱਤੀ ਯਸੂਸੀ ਨੇ, ਇਹਨਾਂ ਦਾ ਜਦ ਮਾਲਕ ਆਏਗਾ ਹਿਸਾਬ ਪੁੱਛੇਗਾ ਤਾਂ ਕੀ ਕਹੇਗਾ, ਇਹ ਕੀ ਰੂਖ ਹਿਸਾਬ ਦੇਣਗੇ, and when the master comes and takes the account, what would they say, eh yasub si ne ek udharan ditti, and lord jesus gave this example, tadi pichle jile thod gaya si na main, and when he left from main there, main tanu gal padha ke gaya si, I said to you something, prayer to ki pustak padhai si, and I made you read the book of acts, usulan de kattar gal padha ke gaya si, and I made you preach from that, apni te apni kalisya di rakhi karna, and take care of yourself, and kyunki pavitra atma ne tanu itte nigah ban thraya, ਪਵਿੱਤਰ ਆਤਮਾ ਨੇ ਤੁਹਾਨੂੰ ਇੱਥੇ ਨਿਗਾਹ ਬੰਨ ਠਹਿਰਾਇਆ, ਬਿਕਾਜ਼ ਗੋਡ ਹੈਜ਼ ਅਪੋਇੰਟਡ ਯੂ, ਇਹ ਮੈਂ ਤੁਹਾਨੂੰ ਰਸੂਲਾਂ ਦੇ ਕਰਤੱਵ ਜਿਹੜੇ ਗਿਆ ਸੀ ਪੜਾ ਕੇ ਗਿਆ ਸੀ, ਐਂਡ ਆਈ ਮੇਡ ਯੂ ਰੀਡ ਥਿਸ ਵਰਡਸ, ਜੇ ਅਸੀਂ ਉਸ ਗੱਲ ਨੂੰ ਨਹੀਂ ਮੰਨਿਆ, ਐਂਡ ਇਫ ਯੂ ਡੂ ਨਾਟ ਫੋਲੋ ਦਿਸ, ਤੇ ਲਿਖਿਆ ਜਿਹਨਾਂ ਦੇ ਖੇਤ ਸੌਂਪ ਕੇ ਗਿਆ ਸੀ ਖੁਦਾ ਨੂੰ, ਜਿਸ ਬਾਗ ਨੂੰ, ਉਹਨੇ ਕੀ ਕੀਤਾ, ਖੁਦਾ ਨੂੰ ਤੋਂ ਲੇਖਾ ਲਏਗਾ, ਐਂਡ ਗੋਡ ਟੁਕ ਅਕਾਊਂਟ ਆਫ ਦੈਮ, ਇਹ ਐਤ ਮੈਂ ਤੁਹਾਨੂੰ ਪੜਾਈ ਸੀ, ਐਂਡ ਆਈ ਮੇਡ ਯੂ ਰੀਡ ਦੋਸ ਫੀਲਡਸ, ਜੇ ਤੁਸੀਂ ਇਹਦੀ ਰਖਵਾਲੀ ਨਹੀਂ ਕੀਤੀ, and if you didn't take care of it, te tuhanda hisab likha gaya tu kinni dua kiti charche kinna tera rishta reha kinna tu enu edi dekhbhal kiti eda khuda ne hisab puchna, and god has recorded everything what you have done, prabhu ne kehna tenu mera daas e gal keh ke gaya si, and god would ask you that my servant said this to you, tade vichon bahut uthange, and many would rise up from you, tade apne bhan bhra, and they will be your own brothers, ulthiyan galla karnge, and they would talk bad things, ਇਹਦਾ ਲਿਖਿਆ, ਇਹਦਾ ਪੜਾ ਕੇ ਗਿਆ ਸੀ ਮੈਂ ਤੁਹਾਨੂੰ ਉਲਟੀਆਂ ਗੱਲਾਂ ਕਰਨਗੇ, and they would talk bad things, ਪਤਾ ਕੀ ਕਹਿਣਗੇ, and what would they say, ਇਹ ਖੇਤ ਸਾਨੂੰ ਨਹੀਂ ਪਾਰੀ ਸਾਹਿਬ ਨੇ ਸੌਂਪਿਆ, and they didn't give this field to us, ਇਹ ਖੇਤ ਸੌਂਪਿਆ ਆ ਜਿਨ੍ਹਾਂ ਨੂੰ ਇੱਥੇ ਛੱਡ ਕੇ ਗਏ, and those whom he has appointed, he has given them, ਸਾਨੂੰ ਤਾਂ ਕਿਹਾ ਹੀ ਨਹੀਂ, and we were not told, ਪਰ ਉਹ ਐਤ ਮਨ ਚ ਹੋਊਗੀ ਤੇ ਤੈਨੂੰ ਕਿਹਾ ਜੋ ਐਤ ਨਹੀਂ ਫਿਰ ਤੈਨੂੰ ਨਹੀਂ ਕਿਹਾ, but if you know the words then only you remember, ਯਸੂ ਸੀ ਨੇ ਇਹ ਗੱਲ ਪੜਾਈ ਸੀ ਤੁਹਾਨੂੰ ਇੱਥੇ ਖੁਦਾ ਨੇ ਠਹਿਰਾਇਆ ਕਿ ਆਪਣੀ ਤੇ ਆਪਣੀ ਇੱਜੜ ਦੀ ਕੀ ਕਰਨੀ, ਪੂਰੇ ਝੁੰਡ ਦੀ ਰਾਖੀ ਕਰਨੀ, ਐਂਡ ਗੋਡ ਟੋਲਡ ਯੂ ਟੂ ਟੇਕ ਕੇਅਰ ਆਫ ਆਲ, ਕਈਆਂ ਦੇ ਮਨਾਂ 'ਚ ਹੈ ਕਿ ਤੇ ਰਾਣਾ ਸਾਹਿਬ ਤੇ ਦੀ ਵਾਈਫ ਨੂੰ ਠਾ ਕੇ ਚਲੇ ਗਏ, ਐਂਡ ਮੈਨੀ ਪੀਪਲ ਜਸਟ ਹਰਡ ਇਟ ਐਂਡ ਲੈਫਟ, ਇਹ ਸ਼ੈਤਾਨੀ ਬੁੱਧੀ, ਐਂਡ ਦਿਸ ਇਜ਼ ਈਵਲ ਥਿੰਗ, ਇਹ ਇਹ ਪੁੱਤਰਾਤਮਾ ਵਾਲੀ ਸਮਝ ਨਹੀਂ ਹੈ, ਐਂਡ ਹੋਲ ਇਸ ਪਰ ਇਟ ਡਸਨਟ ਲਾਈਕ ਇਟ, ਅਸੀਂ ਚਰਚ ਨੂੰ ਕਿਉਂ ਦੇਖੀਏ, ਅਸੀਂ ਚਰਚ ਕਿਉਂ ਦੇਖੀਏ, ਵਾਈ ਸ਼ੁਡ ਵੀ ਟੇਕ, ਤੇ ਜਿਹੜੀ ਮੈਂ ਐਤ ਪੜਾ ਕੇ ਗਿਆ ਸੀ ਤੁਸੀਂ ਆਪਣੀ ਤੇ ਆਪਣੇ ਖੇਤ ਦੀ ਰਾਖੀ ਕਰਨੀ ਆ, ਉਹ ਗੱਲ ਸੀ ਜਿਹੜੀ ਖੁਦਾ ਦੀ ਗੱਲ ਆ ਉਹ ਕਰਤੀ, ਐਂਡ ਵਾਟ ਗੋਡ ਸੈਡ ਵੀ ਸ਼ੁਡ ਡੂ ਦੈਟ, ਜਿਹੜੀ ਮੈਂ ਗੱਲ ਕਹੀ ਆ ਉਹਦਾ ਧਿਆਨ ਰੱਖਿਆ ਕਿ ਸਾਨੂੰ ਨਹੀਂ ਕਿਹਾ, ਉਹਨਾਂ ਨੂੰ ਠਾ ਕੇ ਗਏ, ਐਂਡ ਵੀ ਸੇ ਦੈਟ ਹੀ ਹੈਜ਼ਨ ਆਸਕਡ ਅਸ, ਜਿਹੜੇ ਮਾਲਕ ਆਏਗਾ ਉਹਨੂੰ ਖੁਦਾ ਕੇ ਹਿਸਾਬ ਪੁੱਛੇਗਾ ਤਾਂ ਉਹ ਕੀ ਜਵਾਬ ਦੇਗਾ, ਐਂਡ ਵੈਨ ਦ ਮਾਸਟਰ ਕਮਸ ਹੀ ਵੁੱਡ ਆਸਕ, ਜਿਹੜੇ ਪ੍ਰਭੂ ਆਏਗਾ ਉਹ ਕੀ ਜਵਾਬ ਦੇਗਾ, and when god comes what would they answer, okay ga tu pastor de naam manda jehda mera vachan si ohnu manda te main tenu sahi
ਤੈਨੂੰ ਆਸ਼ਿਸ਼ ਕਰਦਾ ਮੈਂ ਤੈਨੂੰ ਐਂਡ ਇਫ ਯੂ ਹੈਡਨਟ ਹਰਡ ਮੀ ਯੂ ਵੁੱਡ ਹੈਵ ਐਟ ਲੀਸਟ ਲਿਸਨ ਟੂ ਯੂ ਮੈਂ ਤਾਂ ਸੁਣਾ ਚਾਹੁੰਦਾ ਤੁਹਾਨੂੰ ਐਂਡ ਆਈ ਵਾਂਟ ਟੂ ਟੈਲ ਯੂ ਬਾਈਬਲ ਦੀ ਗੱਲ ਮੰਨੀ ਐਂਡ ਲੈਟਸ ਲਿਸਨ ਟੂ ਦ ਬਾਈਬਲ ਜੇ ਮੰਨੋਗੇ ਐਂਡ ਇਫ ਯੂ ਓਬੇ ਦੈਟ ਤੇ ਖੁਦਾ ਤੈਨੂੰ ਅੱਛਾ ਸਥਾਨ ਦੇਗਾ ਐਂਡ ਗੋਡ ਵੁੱਡ ਅਪਾਇੰਟ ਯੂ ਐਟ ਦ ਇਹਦਾ ਲਿਖਿਆ ਜਿਹੜੀ ਮੈਂ ਤੈਨੂੰ ਪੜ੍ਹਾ ਕੇ ਆਸੀ ਐਂਡ ਆਈ ਵਾਂਟ ਯੂ ਟੂ ਰੀਡ ਦਿਸ ਉਹੀ ਖੇਤ ਦੀ ਉਹਨੇ ਦਰ ਦੀ ਖੇਤ ਸੌਂਪ ਗਿਆ ਉਹਨਾਂ ਨੇ ਇਸ ਪ੍ਰਤੀ ਸ਼ੁਰੂ ਕਰਕੇ ਤੇ ਮੋਜਾਂ ਮਜਾਣੀ ਕਰਨੀ ਸ਼ੁਰੂ ਕਰਤੀਆਂ ਮੋਜਾਂ and the fields that were given to them they didn't take it seriously aur itthe tak jehde kam karde si na us khet vich even the workers who were working ekhya nu marya te kutya vi and they were beaten te jene khuda saab puchega unna da ki karega and when god questions them what would kai vari assi itthe mara kutange ni kai vari sometimes we don't beat brother assi apni shabdan nal balch likha marange but by our words we beat others shabdan nal kam inna nu theek ah kar rahe ah theek ah sanu lod ni and we think the others are doing we ਇਹਦਾ ਮਤਲਬ ਤੂੰ ਬਾਈਬਲ ਦੀ ਗੱਲ ਜਿਹੜੀ ਪੜਾਈ ਸੀ ਤੂੰ ਉਹਨੂੰ ਅਹਿਮਤ ਨਹੀਂ ਦਿੱਤੀ ਤੂੰ ਇੱਕ ਪਾਸਵਾਨ ਇੱਕ ਨੂੰ ਅਹਿਮਤ ਦੇ ਕੇ ਤੇ ਤੂੰ ਇਸ ਗੱਲ ਦੀ ਛੁੱਟੀ ਕਰਤੀ and that means you didn't take the bible seriously ਤੂੰ ਖੁਦਾ ਦੇ ਵਚਨ ਦੀ ਤੋਹੀਨ ਕੀਤੀ ਹੈ and you rejected the word of god ਅਸੀਂ ਨਾ ਆਪਣੇ ਘਰ ਨੂੰ ਚਰਚ ਨੂੰ ਜ਼ਿਆਦਾ ਅੱਛਾ ਸਮਝਦੇ ਹਾਂ and we considered our houses better than ਦੂਸਰੀ ਗੱਲ ਬਾਈਬਲ ਦੀ another thing from the bible ਜੇ ਤੁਸੀਂ ਬਾਈਬਲ ਦੀ ਕੁਝ ਦੀ ਕਿਤਾਬ 32 ਚੈਪਟਰ ਪੜੋਗੇ and when we read the book of acts oh, this study bahut achhi gal likhi and a beautiful thing aaj us chapter te main tode dhyan nu liana chahunda and i want you to take your attention jehda si bible padde na jile 32 dhyay itthe musa thode din pahad te gaya khuda na gal karne and moses went on hills itthe ki ghatna ghat and what happened there is a line nu main tode dhyan nu batorna chahunda hai adhe ghanta message apna padhi jan lokan ne vekhya ਜਦੋਂ ਲੋਕਾਂ ਨੇ ਵੇਖਿਆ ਤੇ ਮੂਸਾ ਨੇ ਪਹਾੜੋਂ ਲੈਣ ਵਿੱਚ ਚਿਰ ਲਾ ਦਿੱਤਾ ਹੈ ਮੂਸਾ ਨੇ ਪਹਾੜੋਂ ਆਣ ਤੋਂ ਕਿਲਾਤਾ ਹੈ ਚਿਰ ਲਾਤਾ ਹੈ ਤਾਂ ਲੋਕਾਂ ਨੇ ਹਾਰੂਨ ਕੋਲ ਇਕੱਠੇ ਹੋ ਕੇ ਉਹਨੂੰ ਆਖਿਆ ਉੱਠ ਅਤੇ ਸਾਡੇ ਲਈ ਦੇਵਤੇ ਬਣਾ ਜਿਹੜੇ ਸਾਡੇ ਅੱਗੇ ਚੱਲਣ ਕਿਉਂ ਜੋ ਇਹ ਮਰਦ ਮੂਸਾ ਜਿਹੜਾ ਸਾਨੂੰ ਮਿਸਰ ਦੇਸ਼ ਤੋਂ ਉਤਾਹਾਂ ਲੈ ਆਇਆ ਹੈ ਅਸੀਂ ਨਹੀਂ ਜਾਣਦੇ ਉਹਨੂੰ ਕੀ ਹੋ ਗਿਆ ਹੈ ਪਾਦਰੀ ਸਾਹਿਬ ਨੂੰ ਦੁਆ ਕਰਨ ਚ ਕੁਝ ਦਿਨ ਲੱਗ ਗਏ ਤੇ ਲੋਕਾਂ ਦੇ ਮਨ ਰੂਪਾਂਤਰ ਹੋਣੇ ਸ਼ੁਰੂ ਹੋ ਗਏ ਉਹ ਸੋਚਦੇ ਆ ਕਿ ਉਹ ਤਾਂ ਕੈਨੇਡਾ ਚਲੇ ਗਏ ਉਹ ਤਾਂ ਬੜੇ ਹੋਟਲਾਂ 'ਚ ਖਾ ਰਹੇ ਹੋਣੇ ਆ ਇੱਥੇ ਖਾ ਰਹੇ ਹੋਣੇ ਆ ਤੇ ਅਸੀਂ ਇੱਥੇ ਇਕੱਲੀ ਰਹਿਣਾ ਜੇ ਥੋੜ੍ਹੇ ਚਿਰ ਚਰਚਾਂ 'ਚ ਪਾਦਰੀ ਸਾਹਿਬ ਗਾਇਬ ਹੋ ਜਾਣ ਤੇ ਬਾਈਬਲ ਦੀ ਐਤ ਪੂਰੀ ਕਰ ਦਿੰਦੇ ਖੁਦਾ ਦੇ ਲੋਕ ਫਿਰ ਮਨ ਚਾਹੇ ਸੇਵਕ ਲੱਭਦੇ ਆ ਫਿਰ ਮੂਸਾ ਨੂੰ ਕਹਿੰਦੇ ਮਰ ਗਿਆ ਹੋਣਾ ਕਿਤੇ ਬੋਲੋ ਇੱਧਰ ਖਿਆਲ ਕੀ ਹੋ ਗਿਆ ਹੋਣਾ ਮਰ ਗਿਆ ਹੋਣਾ ਕਿਤੇ ਉਹ ਤਾਂ ਆਪਣੇ ਹੋਟਲਾਂ 'ਤੇ ਖਾਂਦੇ ਹੋਣੇ ਸਾਨੂੰ ਇੱਥੇ ਸੁੱਕਣੇ ਕੱਲ੍ਹ ਹੀ ਪਾਇਆ ਹੋਇਆ ਸੀ ਬੀਬੀ ਵਾਂਗੂ ਛੰਨ ਥੱਲੇ ਅਸੀਂ ਵੀ ਆਪਣਾ ਕਿਤੇ ਕੋਈ ਜਗਾੜ ਕਰੀਏ ਲਿਖਿਆ ਇਹਦੇ ਲਿਖਿਆ ਕਹਿੰਦੇ ਮੂਸਾ ਪਤਾ ਕੀ ਹੋ ਗਿਆ ਮੂਸਾ ਨੂੰ ਔਰ ਫਿਰ ਤਾਂ ਹਾਰੂਨ ਨੇ ਉਹਨਾਂ ਨੂੰ ਆਖਿਆ ਆਪਣੀਆਂ ਤੀਵੀਆਂ ਅਤੇ ਆਪਣੇ ਪੁੱਤਰਾਂ ਅਤੇ ਆਪਣੀਆਂ ਧੀਆਂ ਦੇ ਕੰਨਾਂ ਦੇ ਸੋਨੇ ਦੇ ਬਾਲੇ ਤੋੜ ਤਾੜ ਕੇ ਮੇਰੇ ਕੋਲ ਲੈ ਆਓ ਇਦਾਂ ਨਹੀਂ ਕਿ ਤੁਹਾਨੂੰ ਕੋਈ ਮਿੱਟੀ ਦਾ ਜਾਂ ਹੋਰ ਕੋਈ ਤੁਹਾਨੂੰ ਵਧੀਆ ਤੁਹਾਨੂੰ ਰੱਬ ਦਊਂਗਾ ਯਸ਼ਾਇਆ ਨੇ ਪੁੱਤਰ ਕਿਹਾ ਨਾ ਕੁਛ ਰੱਬ ਸੋਨੇ ਦੇ ਕੁਛ ਪਿੱਤਲ ਦੇ ਕੁਛ ਲੱਕੜ ਦੇ ਹਾਂਜੀ ਕੁਛ ਲੋਹੇ ਦੇ ਇਦਾਂ ਦੇ ਪਰਮੇਸ਼ਰ ਜਿਹੜੇ ਆ ਉਹ ਦੁਨੀਆ ਵਿੱਚ ਪੂਰੀ ਦੁਨੀਆ 'ਚ ਇੱਦਾਂ ਲੱਕੜ ਪੱਥਰ ਦੇ ਇਹ ਸੋਨੇ ਦਾ ਬਣਾ ਕੇ ਦੇਣਾ ਚਾਹੁੰਦਾ ਹੈ ਕਿ ਲੋਕ ਕਹਿਣ ਕਿ ਵਧੀਆ ਜਿਹਾ ਪਰਮੇਸ਼ਰ ਸਾਨੂੰ ਦੋ ਬਣਾ ਕੇ ਹਰੂ ਨੇ ਲੋਕਾਂ ਨੂੰ ਕਿਹਾ ਕਹਿੰਦੇ ਸਾਨੂੰ ਮੂਸਾ ਪਤਾ ਨਹੀਂ ਕਿੱਥੇ ਚਲਾ ਗਿਆ ਅਸੀਂ ਫਿਰ ਜਿਹੜੀ ਚੀਜ਼ ਛੱਡ ਕੇ ਆਏ ਸੀ ਪਿੱਛੋਂ ਮਿਸ਼ਰ 'ਚੋਂ
ਫਿਰ ਮੂਰਤੀ ਪੂਜਾ 'ਚ ਚਲੇ ਗਏ ਲੋਕ, ਦੁਬਾਰਾ ਮੂਰਤੀ ਪੂਜਾ ਚਲੇ ਗਏ। ਇਹੀ ਕਹਿੰਦੇ ਸੀ ਤੂੰ ਸਾਡਾ ਕੀ ਆ, ਇਜ਼ਰਾਈਲੀ ਕਹਿੰਦੇ ਤੂੰ ਸਾਡਾ ਡੈਡੀ ਆ, ਤੂੰ ਸਾਨੂੰ ਮਿਸ਼ਰ ਨੂੰ ਕੱਢ, ਤੂੰ ਸਾਡਾ ਦੇਵਤਾ ਆ, ਤੂੰ ਮੇਰਾ ਪਰਮੇਸ਼ਵਰ ਆ, ਤੂੰ ਸਾਨੂੰ ਕੱਢ ਕੇ ਲੈ ਕੇ ਆਇਆ। ਬਹੁਤ ਚਰਚਾ 'ਤੇ ਮੈਂ ਦੇਖਿਆ, ਮੈਂ ਨਾਮ ਨਹੀਂ ਲਊਂਗਾ ਉਹਨਾਂ ਦੇ ਚਰਚ ਸੇਵਕਾਂ ਦੇ, ਉਹ ਇੱਦਾਂ ਚਲੇ ਗਏ ਮੀਟਿੰਗਾਂ 'ਤੇ ਬਾਹਰ, ਟਾਈਮ ਲੱਗ ਗਿਆ, ਉਹਨਾਂ ਦੇ ਚਰਚ ਪਿੱਛੋਂ ਕ੍ਰੈਸ਼ ਹੋ ਗਏ। ਇਹ ਬੱਚੇ ਲੋਕ ਨਹੀਂ ਹੈ, ਜਿਹੜਾ ਬੱਚਿਆ ਹੋਇਆ ਨਾ ਉਹ ਇਹਦਾ ਬੈਠਾ ਹੋਇਆ ਚਰਚ ਵਿੱਚ। ਜਿਹੜੇ ਤੁਸੀਂ ਬੱਚੇ ਹੋਏ ਨਾ, ਜਿਹੜੇ ਸਹੀ ਖੁਦਾ 'ਚ ਤਬਦੀਲ ਹੋਏ, ਉਹ ਜਾਣਗੇ ਨਹੀਂ ਆਪਣਾ ਸਥਾਨ 'ਚ ਰਹਿਣਗੇ। ਜਿਹੜੇ ਬੱਚੇ ਨਹੀਂ ਉਹ ਭਟਕਦੇ ਫਿਰਨਗੇ, ਕਦੀ ਕਿਤੇ ਕਦੀ ਕਿਤੇ ਕਦੀ ਕਿਤੇ। ਇਹ ਬਾਈਬਲ ਦੀ ਗੱਲ, ਇਹ ਪੜ੍ਹਨਗੇ ਲੋਕ ਆਪਣੀ ਕੀ ਲਿਖਿਆ ਦੇ ਬਾਰੇ। ਸੋ ਸਾਰੇ ਲੋਕ ਸੋਨੇ ਦੇ ਬਾਲੇ ਜੋ ਉਹਨਾਂ ਦੇ ਕੰਨਾਂ ਵਿੱਚ ਸਨ ਤੋੜ ਤਾੜ ਕੇ ਹਾਰੂਨ ਦੇ ਕੋਲ ਲੈ ਆਏ, ਤਾਂ ਉਸਨੇ ਉਹ ਉਹਨਾਂ ਦੇ ਹੱਥੋਂ ਲੈ ਲਏ ਔਰ ਉਹਨਾਂ ਨੂੰ ਢਾਲ ਕੇ ਇੱਕ ਉਕਰਣ ਵਾਲੇ ਸੰਦ ਨਾਲ ਕਰਕੇ, ਢਾਲ ਕੇ ਉਹਨਾਂ ਦਾ ਪਾਣੀ ਜਿਹਾ ਬਣਾ ਕੇ, ਇੱਕ ਪੀਪੇ ਦੇ ਵਿੱਚ ਕੁਝ ਢਾਂਚਾ ਹੋਊਗਾ ਉਹਦਾ ਬਣਾ ਕੇ, ਸੰਦ ਦੇ ਨਾਲ ਹਥਿਆਰ ਦੇ ਨਾਲ ਬਣਾ ਕੇ ਘੜ ਕੇ ਬੱਚਾ ਬਣਾ ਦਿੱਤਾ। ਔਰ ਫਿਰ ਤਾਂ ਉਹਨਾਂ ਨੇ ਆਖਿਆ, ਉਹਨਾਂ ਨੇ ਆਖਿਆ, ਹੇ ਇਸਰਾਇਲ, ਹੇ ਇਸਰਾਇਲ, ਇਹ ਹੈ ਤੇਰਾ ਦੇਵਤਾ, ਇਹ ਹੈ ਤੇਰਾ ਪਿਤਾ, ਇਹ ਤੇਰਾ ਫਾਦਰ ਡੇ। ਉਹਨਾਂ ਦੇ ਇਹਨੂੰ ਖਿਆਲ ਨਾਲ ਸੁਣੀਏ, ਇਹ ਹੈ ਤੇਰਾ ਪਰਮੇਸ਼ਵਰ ਜਿਹੜਾ ਤੈਨੂੰ ਮਿਸ਼ਰ ਚੋਂ ਕੱਢ ਕੇ ਲੈ ਕੇ ਆਇਆ। ਮੂਸਾ ਨੇ ਇੰਨੀ ਮਿਹਨਤ ਕੀਤੀ, ਖੁਦਾ ਨੇ ਐਡੇ ਮੌਜ਼ੇ ਕੀਤੇ, ਇੰਨੇ ਚਮਤਕਾਰ ਕੀਤੇ, ਸਭ ਇਹਨਾਂ ਦੇ ਮਨ 'ਚੋਂ ਨਿਕਲ ਗਏ। ਬਸ ਹੁਣ ਇਹਨਾਂ ਦਾ ਪਰਮੇਸ਼ਵਰ ਬਛੜਾ ਆਇਆ। ਔਰ ਫਿਰ ਜਦ ਹਾਰੂਨ ਨੇ ਇਹ ਦਿੱਤਾ, ਜਦ ਹਾਰੂਨ ਨੇ ਵੇਖਿਆ ਤਾਂ ਉਸ ਦੇ ਅੱਗੇ ਇੱਕ ਜਗਵੇਦੀ ਬਣਾਈ। ਹਾਂ, ਤਾਂ ਹਾਰੂਨ ਨੇ ਪੁਕਾਰ ਕੇ ਆਖਿਆ, ਪਰ ਕਿ ਯਹੋਵਾ ਦਾ ਪਰਬ ਹੈ। ਤਾਂ ਉਹ ਅਗਲੇ ਦਿਨ ਸਵੇਰ ਨੂੰ ਉੱਠੇ ਔਰ ਹੋਮ ਦੀਆਂ ਬਲੀਆਂ ਚੜ੍ਹਾਈਆਂ ਔਰ ਸੁਖਸਾਨ ਦੀਆਂ ਭੇਟਾਂ ਲਿਆਏ, ਤਾਂ ਲੋਕ ਖਾ ਪੀ ਕੇ ਬੈਠੇ ਔਰ ਹੱਸਣ ਖੇਲਣ ਨੂੰ ਉੱਠੇ। ਇਹਨੂੰ ਖਿਆਲ ਨਾਲ ਸੁਣੀਏ, ਇਹ ਉਹ ਦੁਆ ਕਰਨ ਕੇ ਮੈਸੇਜ ਲੈਣ ਗਿਆ ਖੁਦਾ ਦੇ ਕੋਲੋਂ, ਇਹ ਪਿੱਛੇ ਕੀ ਕਰ ਰਹੇ ਨੇ। ਔਰ ਫਿਰ ਤਾਂ ਯਹੋਵਾ ਨੇ ਮੂਸਾ ਨੂੰ ਫਰਮਾਇਆ, ਫਿਰ ਖੁਦਾ ਉਤਰਿਆ ਮੂਸਾ ਦੇ ਕੋਲ ਜਿੱਥੇ ਦੁਆ ਕਰ ਰਿਹਾ ਸੀ। ਮੂਸਾ ਨੂੰ ਕਿਹਾ, ਹਠਾੜ ਨੂੰ ਜਾ, ਨੀਚੇ ਜਾ, ਕਿਉਂਕਿ ਤੇਰੇ ਲੋਕ ਜਿਨ੍ਹਾਂ ਨੂੰ ਤੂੰ ਮਿਸਰ ਦੇਸ਼ ਤੋਂ ਉਤਾਹਾਂ ਲਿਆਇਆ ਹੈ, ਜਿਨ੍ਹਾਂ ਨੂੰ ਤੂੰ ਮਿਸਰ ਦੇਸ਼ ਤੋਂ ਲੋਕਾਂ ਨੂੰ ਕੱਢ ਕੇ ਲਿਆਇਆ ਨਾ, ਭ੍ਰਿਸ਼ਟ ਹੋ ਗਏ ਹਨ, ਦੇ ਖਤਮ ਹੋ ਗਏ ਨੇ, ਤੂੰ ਇੱਥੇ ਆਇਆ ਮੈਸੇਜ ਲੈਣ ਲਈ, ਉਹ ਪਿੱਛੇ ਕੀ ਕਰਦੇ ਪਏ ਨੇ, ਇਹਦਾ ਹਾਲਾਤ ਦੇਖ ਰਹੇ ਕੀ ਬਣ ਗਏ। ਔਰ ਫਿਰ ਉਹ ਉਸ ਰਾਹ ਤੋਂ ਛੇਤੀ ਨਾਲ ਫਿਰ ਗਏ ਹਨ ਜਿਹਦਾ ਮੈਂ ਉਹਨਾਂ ਨੂੰ ਹੁਕਮ ਦਿੱਤਾ ਸੀ, ਉਸ ਰਸਤੇ ਤੋਂ ਜਲਦੀ ਫਿਰ ਗਏ ਜਿਹਨਾਂ ਦਾ ਹੁਕਮ ਦਿੱਤਾ ਸੀ। ਔਰ ਅਤੇ ਉਹਨਾਂ ਨੇ ਢਾਲ ਕੇ ਆਪਣੇ ਲਈ ਇੱਕ ਵੱਛਾ ਬਣਾਇਆ। ਖੁਦਾ ਗੱਲ ਕਰ ਰਿਹਾ ਹੈ। ਔਰ ਫਿਰ ਅਤੇ ਉਹਦੇ ਅੱਗੇ ਮੱਥਾ ਟੇਕਿਆ ਤੇ ਉਹਦੇ ਅੱਗੇ ਭੇਟ ਚੜਾ ਕੇ ਉਹਨਾਂ ਆਖਿਆ, ਹੇ ਇਸਰਾਇਲ, ਇਹ ਹੈ ਤੇਰਾ ਦੇਵਤਾ ਜਿਹੜਾ ਤੈਨੂੰ ਮਿਸਰ ਦੇਸ਼ ਤੋਂ ਉਤਾਹਾਂ ਲੈ ਆਇਆ। ਇਹ ਲੋਕਾਂ ਦਾ ਇਮਾਨ ਆ। ਇੱਕ ਲੜਕੀ ਠੀਕ ਹੋਈ ਕਰੀ, ਇੱਥੇ ਉੱਚੋਂ 95 ਭੂਤ ਨਿਕਲੇ, 3 ਮਹੀਨੇ ਬਾਅਦ ਠੀਕ ਨਹੀਂ ਸੀ ਹੋ ਰਹੀ। ਜਿਹੜੇ ਠੀਕ ਹੋ ਗਈ ਅਤੇ ਥੋੜ੍ਹਾ ਸਮਾਂ ਚੱਲੇ, ਕੁੜੀ ਦੀ ਕਿਤੇ ਮੈਰਿਜ ਕਰਤੀ ਡੇਰੇ ਵਾਲਿਆਂ ਨਾਲ, ਰਾਹ ਸਵਾਮੀ ਨਾਲ। ਮੈਂ ਇੱਕ ਵਾਰੀ ਮੁਲਾਕਾਤ ਹੋਈ ਅਤੇ ਮੈਨੂੰ ਸਮਝਾਇਆ ਅਤੇ ਮਾਂ ਕਹਿੰਦੀ, ਰੱਬ ਇੱਕੋ ਹੀ ਆ ਭਾਅ ਜੀ ਉੱਥੇ ਕੀ। ਮੈਂ ਕਿਹਾ ਜਿੱਦਣ ਇਹਦੇ 'ਚ 95 ਭੂਤ ਸੀ, ਤੂੰ ਤਾਂ ਬੜਾ ਇਲਾਜ ਕਰਾਇਆ, ਲੱਖਾਂ ਰੁਪਏ ਖਰਚ ਕਰਤਾ, ਆਰਾਮ ਨਹੀਂ ਸੀ ਆਉਂਦਾ, ਉੱਦਣ ਕਿਹੜਾ ਰੱਬ ਸੀ। ਇਹ ਵਿਸ਼ਵਾਸੀ ਦੇ ਹਾਲਾਤ ਇੱਦਾਂ ਆ, ਕਲਾਮ ਤੋਂ ਬਿਨਾਂ ਛੇਤੀ ਪੈਰਾਂ ਤੋਂ ਖੁੜ ਜਾਂਦੇ ਹਨ। ਔਰ ਮੈਨੂੰ 3 ਮਹੀਨੇ
ਆਪਣੇ ਕੋਲ ਰੱਖਿਆ ਉਸ ਲੜਕੇ ਨੂੰ 3 ਮਹੀਨੇ ਕਮਰੇ 'ਚ, ਅਤੇ ਦਿਨ ਰਾਤ ਪ੍ਰੇਅਰ ਚੱਲੀ ਉਹਦੇ ਲਈ, ਦਿਨ ਰਾਤ ਦਿਨ ਨੂੰ ਮੈਂ ਕਰਦਾ ਸੀ ਅਤੇ ਰਾਤ ਨੂੰ ਮੁੰਡੇ ਆ ਕੇ ਕਰਦੇ ਪ੍ਰੇਅਰ ਉੱਥੇ, ਅਤੇ 3 ਮਹੀਨਿਆਂ ਬਾਅਦ ਜਾ ਕੇ ਛੁਟਕਾਰਾ ਦਾ ਹੋਇਆ। ਅਤੇ ਮਾਤਾ ਨੇ ਛੋਟਾ ਜਿਹਾ ਬਾਤ ਕਹਿੰਦੀ, ਕੋਈ ਨਹੀਂ ਭਾਅ ਜੀ, ਕੋਈ ਗੱਲ ਆ, ਉਹ ਵੀ ਰੱਬ ਨੂੰ ਮੰਨਦੇ, ਆਪਾਂ ਵੀ ਰੱਬ ਨੂੰ ਮੰਨਦੇ। ਇੱਕ ਨੂੰ ਕਿਸੇ ਨੇ ਕਿਹਾ, ਤੇਰੀ ਭਾਅ ਜੀ ਨੇ ਬੜੀ ਦੁਆ ਕੀਤੀ ਆ, ਕਿੰਨੀ ਤੂੰ ਮਿਹਨਤ ਨਾਲ ਠੀਕ ਹੋਈ ਆ। ਕਹਿੰਦੀ, ਨਹੀਂ ਉਹ ਤਾਂ ਯਸ਼ਮ ਸਿੰਘ ਨੇ ਕੀਤਾ। ਲੋਕਾਂ ਦੇ ਜਵਾਬ ਆ ਇਹਨਾਂ ਦੇ, ਔਰ ਉਹ ਅੱਜ ਲੋਕ ਪ੍ਰਭੂ 'ਚ ਨਹੀਂ ਬੈਠ ਹੋਏ ਪਏ ਆ, ਇਸੇ ਕਰਕੇ ਕਿਉਂਕਿ ਉਹਨਾਂ ਨੂੰ ਨਰਕ ਦੀ ਅੱਗ ਉਹਨਾਂ ਦਾ ਵੇਟ ਕਰ ਰਹੀ ਹੈ। ਇਹਨਾਂ ਨੇ ਵੀ ਮੈਰੀਕਲ ਵੇਖੇ, ਸਮਾਨ ਤੋਂ 10 ਮੌਜੇ ਇੱਦਾਂ ਦੇ ਚਮਤਕਾਰ ਵੇਖੇ, ਸਮੁੰਦਰ 2 ਪਾੜ ਹੁੰਦੇ ਵੇਖਿਆ ਲੋਕਾਂ ਨੇ, ਕਈ ਕੁਛ ਵੇਖਿਆ ਇਹਨਾਂ ਨੇ, ਅੱਗ ਦੇ ਵਿੱਚ ਖੁਦਾ ਨੂੰ ਬੋਲਦੇ ਵੇਖਿਆ, ਸਭ ਕੁਛ ਵੇਖਿਆ, ਲਾਈਟਾਂ ਵੇਖੀਆਂ ਨੇ, ਸਭ ਕੁਛ ਵੇਖਿਆ, ਜਿੰਨੇ ਮੌਜੇ ਕਿਤੇ ਵੇਖੇ, ਲੇਕਿਨ ਫਿਰ ਵੀ ਇਜ਼ਰਾਇਲ, ਇਹ ਆ ਤੇਰਾ ਪਰਮੇਸ਼ਵਰ ਜਿਹੜਾ ਤੈਨੂੰ ਮਿਸ਼ਰ ਦੀ ਗੁਲਾਮੀ 'ਚ ਕੱਢ ਕੇ ਲੈ ਕੇ ਆਇਆ, ਬਛੜਾ ਬਛੜੇ ਦੀ ਪੂਜਾ ਕੀਤੀ। ਕਈ ਵਾਰ ਲੋਕ ਕਹਿੰਦੇ, ਘਰਦੇ ਨਹੀਂ ਭਾਅ ਜੀ ਮੰਨਦੇ ਸੀ ਮੈਨੂੰ, ਫਿਰ ਮੈਂ ਕੀ ਕਰਦੀ। ਘਰਦੇ ਤੇਰੇ ਤਦੋਂ ਵੀ ਨਹੀਂ ਸੀ ਮੰਨਦੇ ਜਿਹੜੇ ਤੂੰ ਯਸ਼ਮ ਸੀ 'ਚ ਆਈ ਹੈ, ਉਦੋਂ ਵੀ ਕਿਸੇ ਗਲਤ ਗੱਲ ਚਲੀ ਗਈ, ਧਰਮ ਬਦਲਿਆ ਆਪਣਾ, ਤੇਰੇ ਉਸ ਵੇਲੇ ਵੀ ਨਹੀਂ ਮੰਨਦੇ, ਠੀਕ ਹੋਣ ਤੋਂ ਬਾਅਦ ਵੀ ਨਹੀਂ ਮੰਨਦੇ। ਉਹ ਨਹੀਂ ਨਹੀਂ ਮੰਨਣਾ, ਤੂੰ ਆਪਣਾ ਫੈਸਲਾ ਕਰ ਕਿ ਤੂੰ ਮੰਨਣਾ ਕਿ ਨਹੀਂ ਮੰਨਣਾ, ਤੇਰਾ ਫੈਸਲਾ ਦੱਸ ਕੀ ਆ। ਇਹ ਲੋਕਾਂ ਦਾ ਫੈਸਲਾ ਕੀ ਆ, ਮਰਦ ਮੂਸਾ ਕਿੱਥੇ ਮਰ ਗਿਆ ਆ, ਤੂੰ ਸਾਨੂੰ ਰੱਬ ਦੇ ਸਾਰਾ ਸੋਨਾ ਚਾਂਦੀ ਵਾਲੀਆਂ ਕਾਂਟੇ ਸਭ ਦੇ ਤੇ ਬਛੜਾ ਬਣਾ ਦਿੱਤਾ। ਔਰ ਫਿਰ ਯਹੋਵਾ ਨੇ ਮੂਸਾ ਨੂੰ ਆਖਿਆ, ਹਾਂ ਮੈਂ ਇਹਨਾਂ ਲੋਕਾਂ ਨੂੰ ਦਿੱਤਾ ਹੈ, ਵੇਖ ਇਹ ਲੋਕ ਹੱਠੀ ਹਨ, ਹੁਣ ਤੂੰ ਮੈਨੂੰ ਇਕੱਲਾ ਹੋਣ ਦੇ ਤਾਂ ਜੋ ਮੇਰਾ ਕ੍ਰੋਧ ਉਹਨਾਂ ਦੇ ਵਿਰੁੱਧ ਭੜਕੇ। ਸੁਣੀਏ, ਹੁਣ ਖੁਦਾ ਇਹਨਾਂ ਦੇ ਖਿਲਾਫ ਹੋ ਗਿਆ ਪਾਪ ਦੇ ਕਰਕੇ। ਮੂਰਤੀ ਪੂਜਾ ਕਰਨਾ ਪਰਮੇਸ਼ਵਰ ਦੀ ਨਿਗਾਹ 'ਚ ਸਖ਼ਤ ਘਿਨਾਉਣਾ ਕੰਮ। ਜੇ ਤੁਸੀਂ ਮੂਰਤੀ ਪੂਜਕ ਹੋ ਤੇ ਖੁਦਾ ਤੁਹਾਡੇ ਖਿਲਾਫ ਆ, ਯਸ਼ਮ ਸਿੰਘ ਨੂੰ ਜਾਣ ਤੋਂ ਬਾਅਦ ਖੁਦਾ ਨੂੰ ਨਫ਼ਰਤ ਆ ਮੂਰਤੀ ਤੋਂ, ਬਾਈਬਲ ਕਹਿੰਦੀ। ਔਰ ਇੱਥੇ ਕੀ ਲਿਖਿਆ, ਉਹਨਾਂ ਦੇ ਖਿਲਾਫ ਖੁਦਾ ਹੋਇਆ, ਔਰ ਖੁਦਾ ਨੇ ਕਿਹਾ, ਮੂਸਾ ਤੂੰ ਹਟ ਜਾ, ਮੈਂ ਇਹਨਾਂ ਨੂੰ ਸਭ ਨੂੰ ਖਤਮ ਕਰ ਦੇਣਾ। ਤੇ ਕੀ ਹੋਇਆ ਪੜ੍ਹੀਏ, ਹੁਣ ਤੂੰ ਮੈਨੂੰ ਇਕੱਲਾ ਹੋਣ ਦੇ ਤਾਂ ਜੋ ਮੇਰਾ ਕ੍ਰੋਧ ਉਹਨਾਂ ਦੇ ਵਿਰੁੱਧ ਭੜ ਕੇ ਔਰ ਮੈਂ ਉਹਨਾਂ ਨੂੰ ਭਸਮ ਕਰ ਸੁੱਟਾਂ, ਹਾਂ ਅਤੇ ਮੈਂ ਤੇਥੋਂ ਇੱਕ ਵੱਡੀ ਕੌਮ ਬਣਾਵਾਂਗਾ, ਮੈਂ ਤੈਨੂੰ ਔਰ ਲੋਕ ਦੇ ਦੂੰਗਾ, ਪਰ ਇਹਨਾਂ ਨੂੰ ਮੈਂ ਖਤਮ ਕਰ ਦੇਣਾ। ਤੇ ਮੂਸਾ ਨੇ ਕੀ ਕਿਹਾ, ਤਾਂ ਮੂਸਾ ਨੇ ਯਹੋਵਾ ਆਪਣੇ ਪਰਮੇਸ਼ਵਰ ਦੇ ਅੱਗੇ ਤਰਲੇ ਪਾ ਕੇ ਆਖਿਆ, ਹੇ ਯਹੋਵਾ, ਤਰਲੇ ਪਾ ਕੇ ਨਾ, ਦਾਸ ਤਰਲੇ ਪਾਵੇ ਤੇ ਕਲੀਸਿਆ ਚਰਚ ਇੰਜੋਏ ਕਰੇ, ਅੱਜ ਕਿਤੇ ਆ, ਕੱਲ ਕਿਤੇ ਹੋਰ ਆ, ਫਿਰ ਇੱਥੇ ਨੀ ਚੰਗਾ ਲੱਗਦਾ, ਉੱਥੇ ਕਿਤੇ ਹੋਰ ਆ, ਤੇ ਪਾਸਟਰ ਲੋਕ ਵਿਚਾਰੇ ਤਰਲੇ ਪਾਉਂਦੇ ਰਹਿੰਦੇ ਖੁਦਾ ਦੇ। ਜੇ ਕੋਈ ਕਲਾਮ ਪੜ੍ਹੇਗਾ ਤੁਹਾਨੂੰ ਸਮਝ ਆਉਣੀ ਆ, ਨਹੀਂ ਤਾਂ ਸਮਝ ਨਹੀਂ ਆਉਣੀ। ਇਦਾਂ ਲਿਖਿਆ, ਪੜ੍ਹੀ ਕੀ ਲਿਖਿਆ, ਹੇ ਯਹੋਵਾ, ਹੇ ਯਹੋਵਾ, ਤੇਰਾ ਕ੍ਰੋਧ, ਤੇਰਾ ਗੁੱਸਾ ਤੇਰੇ ਲੋਕਾਂ ਦੇ ਵਿਰੁੱਧ ਕਿਉਂ ਭੜਕਿਆ ਹੈ, ਹਾਂ ਜਿਨ੍ਹਾਂ ਨੂੰ ਤੂੰ ਮਿਸਰ ਦੇਸ਼ ਤੋਂ ਵੱਡੀ ਸ਼ਕਤੀ ਅਤੇ ਬਲਵੰਤ ਹੱਥ ਨਾਲ ਕੱਢ ਕੇ ਲੈ ਆਇਆ ਹੈ। ਮਿਸਰੀ ਕਿਉਂ ਆਖਣ ਭਈ ਉਹ ਉਹਨਾਂ ਨੂੰ ਬੁਰਾਈ ਲਈ ਲੈ ਗਿਆ। ਇਹ ਕਹਿ ਰਿਹਾ, ਦੁਆ ਕਰ ਰਿਹਾ, ਹਾਲੇ ਵੀ ਪ੍ਰੇਅ ਕਰ ਰਿਹਾ ਕਿ ਪ੍ਰਭੂ ਜਿਹੜੇ ਮਿਸਰੀ ਲੋਕ ਆ ਜਿਹਨੂੰ ਕੱਢ ਕੇ, ਉਹ ਕੀ ਕਹਿਣਗੇ ਤੇਰੇ ਬਾਰੇ ਕਿ ਦੇਖਿਆ ਖੁਦਾ ਨੇ ਰਸਤੇ 'ਚ ਮਾਰ ਦਿੱਤੇ। ਉਹਨੇ ਕੀ ਕਿਹਾ, ਤਾਂ ਜੋ ਉਹਨਾਂ ਨੂੰ ਪਹਾੜਾਂ ਵਿੱਚ ਮਾਰ ਸੁੱਟੇ ਅਤੇ ਉਹਨਾਂ ਨੂੰ ਜ਼ਮੀਨ ਉੱਤੇ ਮੁਕਾ ਦੇਵੇ, ਆਪਣੇ ਕ੍ਰੋਧ ਦੇ ਭੜਕਣ ਨੂੰ ਮੋੜ ਲੈ ਅਤੇ ਆਪਣੇ ਲੋਕਾਂ ਉੱਤੇ ਬੁਰਿਆਈ ਲਾਉਣ ਤੋਂ ਹਟ ਜਾਣਾ। ਤੂੰ ਆਪਣੇ ਸੇਵਕ ਅਬਰਾਹਮ, ਇਜ਼ਹਾਕ
ਅਤੇ ਇਸਰਾਇਲ ਸੁਣੀਏ, ਇਹ ਗੱਲ ਖਿਆਲ ਸੁਣਨਾ, ਦੁਆ ਕਰ ਰਿਹਾ ਹੈ ਤੇ ਬਾਈਬਲ ਬੋਲ ਰਿਹਾ ਹੈ, ਇਹਨੂੰ ਖਿਆਲ ਸੁਣਨਾ, ਜੇ ਬਾਈਬਲ ਪੜੋਗੇ ਤੇ ਦੁਆ ਤੁਹਾਡੀ ਸਹੀ ਹੋ ਜਾਣੀ ਹੈ ਤੇ ਜਵਾਬ ਆਉਣੇ ਸ਼ੁਰੂ ਹੋ ਜਾਣੇ, ਜੇ ਬਾਈਬਲ ਨੇ ਪੜ੍ਹੇ ਤੇ ਤੁਹਾਡੀ ਦੁਆ ਵੀ ਕਨਾਉਣੀ ਆ, ਇਹਦਾ ਲਿਖਿਆ ਅਵਸਥਾ 'ਚ ਬਿਨਾਂ ਕਲਾਮ ਤੋਂ ਇਹਨੇ ਕੀ ਬਾਈਬਲ ਵਿੱਚੋਂ ਖੁਦਾ ਨੂੰ ਕਹਿੰਦਾ ਤੂੰ ਆਪਣੇ ਦਾਸ ਅਬਰਾਹਮ ਇਸਹਾਕ ਤੇ ਯਕੂਬ ਨਾਲ ਇੱਕ ਵਾਚਾ ਬੰਨੀ ਹੈ, ਕੀ ਕਿਹਾ ਨੇ, ਤੂੰ ਆਪਣੇ ਸੇਵਕ ਅਬਰਾਹਮ ਇਸਹਾਕ ਅਤੇ ਇਸਰਾਇਲ ਨੂੰ ਚੇਤੇ ਕਰ, ਹਾਂ, ਜਿਨ੍ਹਾਂ ਨਾਲ ਤੈਂ ਆਪਣੀ ਹੀ ਸੌ ਖਾ ਕੇ ਆਖਿਆ ਸੀ, ਕਸਮ ਖਾ ਕੇ ਆਖਿਆ ਸੀ, ਭਈ ਮੈਂ ਤੁਹਾਡੀ ਸੰਤਾਨ ਆਕਾਸ਼ ਦੇ ਤਾਰਿਆਂ ਵਾਂਗੂ ਵਧਾਵਾਂਗਾ, ਹਾਂ, ਅਤੇ ਸਾਰਾ ਦੇਸ਼ ਜਿਸ ਦੇ ਲਈ ਮੈਂ ਆਖਿਆ ਹੈ ਮੈਂ ਉਹ ਤੁਹਾਡੀ ਸੰਤਾਨ ਨੂੰ ਦੇਵਾਂਗਾ ਅਤੇ ਉਹ ਸਦਾ ਲਈ ਉਹਦੇ ਅਧਿਕਾਰੀ ਹੋਣਗੇ। ਔਰ ਤਾਂ ਯਹੋਵਾ ਉਸ ਬੁਰਾਈ ਤੋਂ ਹਟ ਗਿਆ ਜਿਹੜੀ ਆਪਣੇ ਲੋਕਾਂ ਨਾਲ ਕਰਨ ਲਈ ਬੋਲਿਆ ਸੀ। ਜੇ ਵਚਨ ਬੋਲੋਗੇ ਨਾ ਤੇ ਜਿਹੜੀ ਬੁਰਾਈ ਤੇਰੇ ਘਰ 'ਤੇ ਆਉਣ ਵਾਲੀ ਆ ਉਹ ਹਟ ਜਾਏਗੀ ਤੇਰੇ ਘਰ ਤੋਂ। ਜਿਹੜੀ ਬਦਰੂ ਤੈਨੂੰ ਸਤਾਉਂਦੀ ਨਾ, ਜੇ ਤੂੰ ਬਾਈਬਲ ਸਿੱਖ ਲਿੱਤੀ, ਬਾਈਬਲ ਬੋਲੇਗਾ ਤੇ ਖੁਦਾ ਆਪਣੇ ਕਲਾਮ ਦਾ ਪੱਕਾ ਹਟਾ ਦੇਗਾ। ਜੇ ਤੇਰੇ ਘਰ 'ਤੇ ਪੈਸੇ ਦਾ ਸ਼ਰਾਪ ਨਾ, ਉਹ ਹਟ ਜਾਏਗਾ ਜੇ ਤੂੰ ਕਲਾਮ ਬੋਲੇਗਾ ਕਿ ਖੁਦਾ ਤੇਰੀ ਸੰਤਾਨ ਕਦੇ ਟੁਕੜੇ ਨਹੀਂ ਮੰਗੇਗੀ, ਤੂੰ ਦੇਗਾ ਤੇਰਾ ਕਲਾਮ ਕਹਿੰਦਾ ਮੈਂ ਉਦਾਂ ਹੀ ਕਰਨਾ, ਖੁਦਾ ਮੇਰੀਆਂ ਜ਼ਰੂਰਤਾਂ ਪੂਰੀਆਂ ਕਰ। ਮਸੀਹ ਵਿੱਚ ਮੇਰੇ ਭੈਣ ਭਰਾਓ, ਬਾਈਬਲ ਪੜ੍ਹੀਏ ਅਤੇ ਜਿਹੜੀ ਦੁਆ ਕਰਨੀ ਨਾ ਆਪਣੇ ਮਨ ਵਿੱਚ ਕਲਾਮ ਲੈ ਕੇ ਬੋਲੀਏ, ਜਿਵੇਂ ਇਹਨੇ ਵਾਚਾ ਦਾ ਇਹਨੇ ਕੀ ਕਪੜੇ ਨੇ ਕੀ ਕਿਹਾ, ਆਪਣੇ ਦਾਸ ਅਬਰਾਹਮ ਇਸਹਾਕ ਯਾਕੂਬ ਨਾਲ ਵਾਚਾ ਬੰਨੀ। And he made a covenant with Abraham, Isaac and Jacob. ਉਸ ਵਾਚਾ ਨੂੰ ਚੇਤੇ ਕਰਾਇਆ। And he reminded that covenant to God. ਕਿ ਇਹ ਲੋਕ ਕਿੱਦਾਂ ਅੱਗੇ ਜਾਣਗੇ? And that how these people can move forward. ਜੇ ਮਿਸ਼ਰੀ ਸੁਣ ਦੁਸ਼ਮਣ ਸੁਣੇਗਾ। And if enemy hears this. ਉਹ ਕਹੇਗਾ ਲੈ ਤਾਂ ਕੱਢ ਕੇ ਲਿਆ ਸੀ ਅਣਖਣਾ ਤੋਂ ਪਹਚਾਨ ਨਹੀਂ ਸਕਿਆ ਕਨਾਨ ਦੇ ਵਿੱਚ। That he brought them from out of Egypt because of this evil intent. ਖੁਦਾ ਨੂੰ ਅਣਖ ਦਵਾਤੀ। And it made. ਉਹਦੇ ਵਚਨ ਬੋਲ ਕੇ ਆਪਣੇ ਖੁਦਾ ਨੂੰ ਅਣਖ ਦਵਾਤੀ। And he reminded God of his promise. Bible ki kehndi hai. And what does the Bible? Ohde vachan bole. And the words that he said. Khuda da gussa thanda karta. And it calmed down the anger of God. Mande ho? Je tu vachan bologe? And if you say the word of God. Tade khilaf kinniyan vi galla hon. And all the things that are against you. Tera khuda onu tabdil kar dega system. And he will change it into your favor. Je main hit kar aajanu kya na? And the way he's a guy. Tu mar jana hai. That you would die. Ohne ki kiya? And what he said. ਤੇਨਾ ਵਫਾਦਾਰਨ ਦਿਨ ਕਟੇ ਆ। That I have been faithful to you. ਚੇਤੇ ਕਰ। Remember. ਖੁਦਾ ਦਾ ਰਜ਼ਾ ਬਦਲ ਗਿਆ। And that's how he reminded God. ਮੇਰੇ ਭੈਣ ਭਰਾਓ। My brothers and sisters. ਤੁਸੀਂ ਬਾਈਬਲ ਪੜ੍ਹ ਕੇ ਦੇਖੀਏ। You read the Bible. ਜੇ ਤੈਨੂੰ ਬਾਈਬਲ ਆਉਂਦੀ ਨਾ। If you know the Bible. ਤੇ ਖੁਦਾ ਦਾ ਰਜ਼ਾ ਚੇਂਜ ਹੋ ਜਾਏਗਾ। And God would change his intent. ਮੌਤ ਵੀ ਜ਼ਿੰਦਗੀ 'ਚ ਬਦਲ ਜਾਏਗੀ। Even the death would change into life. ਕੈਂਸਰ ਚੰਗਿਆਈ 'ਚ ਬਦਲ ਜਾਏਗਾ। And all the cancer will change into healing. ਤੇਰੀਆਂ ਸਾਰੀਆਂ ਪੀੜਾਂ ਚੰਗਿਆਈ 'ਚ ਤਬਦੀਲ ਕਰ ਦੇਗਾ। And all your sufferings will change. ਤੇਰਾ ਸ਼ਰਾਪ ਗਰੀਬੀ ਦਾ ਖੁਦਾ ਤਾਨੂੰ ਚ ਤਬਦੀਲ ਕਰ ਦੇਗਾ। And your curse will change into blessings. ਪਰ ਤੈਨੂੰ ਬਾਈਬਲ ਆਣੀ ਚਾਹੀਦੀ ਹੈ। But you should know the Bible. ਤੈਨੂੰ ਕਲਾਮ ਆਣਾ ਚਾਹੀਦਾ ਹੈ। You should know the word of God. ਮੈਨੂੰ ਕਲਾਮ ਆਂਦਾ ਸੀ। I know the word of God. ਜੇ ਤੈਨੂੰ ਕੋਈ ਕਵੇ ਕਿ ਅੱਜ ਕਲਾਮ ਸੁਣਾਓ ਫਾਦਰ ਡੇ ਤੇ। If somebody asks you to preach on Father Day. ਉਹ ਕੀ ਸੁਣਾਏਗਾ? What would he preach? ਆਪਣੇ ਮਾਤਾ ਪਿਤਾ ਦੀ ਆਗਿਆਕਾਰੀ ਕਰੋ। He would talk about his parents. ਦਸਾਂ ਹੁਕਮਾਂ 'ਚ ਲਿਖਿਆ ਹੈ। And it's written in the ਮਾਪਾ ਦਾ ਬੁਰਾ ਨਹੀਂ ਕਰਨਾ ਚਾਹੀਦਾ। And do not do ਸੁਲੇਮਾਨ ਦੀ ਗੱਲ ਕਰੇਗਾ। And he would talk about Solomon. ਇਦਾਂ ਦੀ ਗੱਲ ਅਸੀਂ ਕਰਾਂਗੇ। He would talk from these things. ਮੇਰੇ ਭੈਣ ਭਰਾਓ। My brothers and sisters. ਬਰਕਤ ਲੈਣ ਦੇ ਤਰੀਕੇ ਕੀ ਸੀ? And there are different ਇਸਾਕ ਨੂੰ ਜਦੋਂ ਦੇ ਪੁੱਤਰ ਨੇ ਖਾਣਾ ਖਵਾਇਆ। And Isaac was fed by his father. ਸਵਾਦਲਾ ਭੋਜਨ ਖਵਾਇਆ। And it was a tasty food. ਉਹ ਕਹਿੰਦੇ ਮੈਂ ਬਜ਼ੁਰਗੀ ਵਿੱਚ ਆ, ਮੈਂ ਮਰਨਾ ਹਾਂ, ਮੈਨੂੰ ਅੱਛਾ ਭੋਜਨ ਦੇ। And Isaac wanted good food. ਲਿਖਿਆ ਨਹੀਂ
ਰਿਬਕਾ ਨੇ ਉਹਨੂੰ ਅੱਛੇ ਪਲੋਟ ਬੱਚੇ ਬਣਾ ਕੇ ਦਿੱਤੇ, ਉਹਨੇ ਆਪਣੇ ਡੈਡੀ ਕੋ ਖਾ ਕੇ ਕੋ ਬਰਕਤ ਦਿੱਤੀ. And Rebecca gave good food and he was apne daddy di seva karoge na, and when you serve your father ode jehde muh chon shabd nikalnge and the words that come out of his mouth oh barkat da sota ban jega tere liye and they will become fountain of blessing. Tusi aashish hovoge, you will be blessed. Eh mera nahi faisla, it's not mine, eh khuda de vachan da faisla, and this is the word of God says teri umar lambi hovegi and you will be, teriyan haddiyan hast pust rehngi and your bones will be stronger. Jithe jithe jayega and wherever you go teru kam to inkar nahi hovega. You will never be refused. Khuda nu majboor karega ke nu kam de. And the employer would be compelled to give you work. Fir main kaisa daa father de. And then I can say. Tad likhna mere putr budape de samay apni maa nu apne daddy nu tochha na jaan. And do not despise your parents at their old age. Jaan de han. And those who despise their parents. Unda diva likha bujh gaya hai. And bujh jayega. And the lamp of their lives will be puffed out. ਜੇ ਤੁਸੀਂ ਕੇਕ ਕੱਟ ਕੇ ਉਹਨੂੰ ਕਹਿਣਾ ਚਾਹੁੰਦੇ ਹੋ ਸਾਲ ਬਾਅਦ ਤੇ ਇਹ ਤੂੰ ਇਹ ਖੁਦਾ ਨੂੰ ਤੇਰੇ ਨੂੰ ਕਬੂਲ ਨਹੀਂ ਹੈ. ਇਫ ਯੂ ਵਾਂਟ ਟੂ ਸੈਲੀਬ੍ਰੇਟ ਇਟ ਅਕੋਰਡਿੰਗ ਟੂ ਦ ਯੂਸ਼ਾ ਦਾ 10 ਚੈਪਟਰ ਪੜੋ ਜਿਹੜੇ ਆ 39 ਚੈਪਟਰ ਤੋਂ ਬਾਅਦ ਐਂਡ ਇਫ ਯੂ ਰੀਡ ਦ ਬੁੱਕ ਆਫ ਤੁਹਾਨੂੰ ਜਵਾਬ ਮਿਲ ਜਾਏਗਾ ਉਹ ਭਰਾਵਾਂ ਨਾਲ ਕਿਵੇਂ ਰਹਿਣਾ ਐਂਡ ਯੂ ਵਿਲ ਕਮ ਟੂ ਨੋ ਹਾਊ ਟੂ ਟ੍ਰੀਟ ਯੂਰ ਪਰਿਵਾਰ ਚ ਕਿਵੇਂ ਰਹਿਣਾ ਹਾਊ ਟੂ ਟ੍ਰੀਟ ਯੂਰ ਫੈਮਿਲੀ ਆਪਣੇ ਡੈਡੀ ਨਾਲ ਕਿਵੇਂ ਰਹਿਣਾ ਹਾਊ ਟੂ ਟ੍ਰੀਟ ਯੂਰ ਪੇਰੈਂਟਸ ਜਿਸ ਦੇਸ਼ ਵਿੱਚ ਖੁਦਾ ਲੈ ਕੇ ਆਇਆ ਐਂਡ ਦ ਕੰਟਰੀ ਗੋਡ ਬ੍ਰਾਟ ਯੂ ਉੱਥੇ ਮੈਨੂੰ ਕਿਵੇਂ ਰਹਿਣਾ how to live there eh bible di talima and this is the lekin inna ne ki kita and what they did to musa ne ki jawab ditta and what moses answered mishri ki kehnge what egyptians would say unne vacha chete karai and he reminded the god of his promise bible pray karo you can quote the bible jile dua karo when you pray tanu bible enni aave you should know the bible apne bete li vachan bolenga that when you apni beti li vachan bolenga when you say word for your daughter zarur ek din uttar aayega and you would get answers for sure zarur uttar aayega definitely you would get answers prabhu log ki kehenge what would people say ki tere bachyan da ki banega and what happened to your children ki mere bachche da ho janange and if something goes wrong with my kehenge what would people oda yesu sinu mande and they believe in jesus mere bachche da halaat dekho and look at the condition of their children vachan bologe and if you say the word khuda tabdili layega God would bring change. Tanu Bible honi chahidi. You should know the Bible. Eda matlab inu Musa nu vachan pata si. And Moses knew the words. Vachan de andar si. And he had that word inside. Inne chete karaya tu tusi Prabhu ji vacha banni hui apne das nu. And he reminded God of his promises. Oh chete karaya? He reminded him. Te Khuda da gussa shanti ch tabdil ho gaya. And it calmed down the anger of God. Sharab barkat ch tabdil ho gaya. And the curse changed into blessing. Aur Khuda ne maan litta. And God blessed. Eh main name banya hoya. That God recalled it, that he had this promise. Janta ki kardi hai. And what do people do? Jele ko sevak nahi aanda wapas fir. And when a servant of God ja kisi de ghar bhi visit na kare. And if he does not visit people. Fir dusra pastor labde han. Then they look for different pastor. Khuda de kalam di ulanghna karde han. And they break the word of God. Bible ch likhya de bare. And it is written in the Bible. Ja unne ulanghna kiti. And when they disobeyed the word. Unnu ki jawab mile. What answer did they get? Aur prabhu nu chaam dasunga jede idan ਇਦਾਂ ਕਰਦੇ ਉਹਨਾਂ ਨੂੰ ਕੀ ਹੋਇਆ ਐਂਡ ਇਫ ਯੂ ਰੀਡ ਦ ਵਰਡ ਤੇ ਤੁਹਾਡੇ ਨਾਲ ਕੀ ਹੋਵੇਗਾ ਜਿੱਦਾਂ ਕਰੋਗੇ ਤਾਂ ਐਂਡ ਇਫ ਯੂ ਡੂ ਦਿਸ ਵਾਟ ਵਿਲ ਹੈਪਨ ਮੇਰੇ ਭੈਣ ਭਰਾਓ ਮਾਈ ਬ੍ਰਦਰਸ ਐਂਡ ਸਿਸਟਰਸ ਇਸ ਚੈਪਟਰ ਨੂੰ ਚੇਤੇ ਰੱਖਣਾ ਕਿ ਮੂਸਾ ਨੇ ਕੀ ਕੀਤਾ ਐਂਡ ਰਿਮੈਂਬਰ ਦਿਸ ਚੈਪਟਰ ਵਾਟ ਮੋਸੇਸ ਸੈਡ ਥੋੜਾ ਹੋਰ ਪੜਾਂਗੇ ਦੇ ਕੀ ਲਿਖਿਆ ਪੜ੍ਹੀਏ ਤਾਂ ਮੂਸਾ ਮੁੜ ਕੇ ਪਹਾੜ ਤੋਂ ਹਠਾੜ ਨੂੰ ਆਇਆ ਅਤੇ ਸਾਖੀ ਦੀਆਂ ਦੋ ਫੱਟੀਆਂ ਉਸ ਦੇ ਹੱਥ ਵਿੱਚ ਸਨ ਉਹ ਫੱਟੀਆਂ ਦੋਹਾਂ ਪਾਸਿਆਂ ਤੋਂ ਲਿਖੀਆਂ ਹੋਈਆਂ ਸਨ ਖੁਦਾ ਨੇ ਕਿਹਾ ਜਾ ਕੇ ਦੇਖ ਜਿਲੇ ਤੂੰ ਕਈ ਦਿਨ ਤੋਂ ਰੋ ਰਿਹਾ 40 ਦਿਨ ਭੁੱਖਾ ਪਿਆਸਾ ਉਹ ਕੀ ਕਰਦੇ ਨੇ ਉਹ ਪਰਮੇਸ਼ਰ ਦਾ ਉਤੋਂ ਵਚਨ ਬਰਕਤ ਲੈ ਕੇ ਆ ਰਿਹਾ ਹੈ ਟਾਈਮ ਲੱਗ ਗਿਆ ਲੇਕਿਨ ਕਲੀਸਿਆ ਨੇ ਕੀ ਕੀਤਾ ਓਲਡ ਕਲੀਸਿਆ ਜਿਹੜੀ ਸੀ
ਉਹ ਆਪਣੇ ਦਰਸ਼ਨ ਤੋਂ ਬੇਮੁੱਖ ਹੋ ਗਈ। ਥਾਂ ਜਾ ਦੇਖ ਜਿਹਨਾਂ ਲੋਕਾਂ ਲਈ ਤੂੰ ਤਰਲੇ ਕਰਦਾ ਰੋ ਰਿਹਾ, ਜਿਹਨਾਂ ਨੂੰ ਤੂੰ ਰੋ ਰਿਹਾ ਉਹ ਕੀ ਕਰਦੇ ਆ, ਜਿਹੜੇ ਆਇਆ ਤੋਂ ਨਾਚ ਰੰਗ ਸ਼ਰਾਬਾਂ ਜਨਾਕਾਰੀਆਂ ਸਭ ਉਲਟੇ ਕੰਮ ਕਰ ਰਹੇ ਨੇ, ਮੂਰਤੀ ਪੂਜਾ ਹੋ ਰਹੀ ਹੈ, ਔਰ ਕੀ ਹੋ ਰਿਹਾ। ਅਤੇ ਫੱਟੀਆਂ ਪਰਮੇਸ਼ੁਰ ਦਾ ਕੰਮ ਸੀ ਅਤੇ ਉਹਨਾਂ ਦੀ ਲਿਖਤ ਪਰਮੇਸ਼ੁਰ ਦੀ ਲਿਖਤ ਸੀ ਜਿਹੜੀ ਫੱਟੀਆਂ ਉੱਤੇ ਉਕਰੀ ਹੋਈ ਸੀ। ਹਾਂ, ਜਾਂ ਯਹੋਸ਼ੂਆ ਨੇ ਲੋਕਾਂ ਦੀ ਆਵਾਜ਼ ਸੁਣੀ ਜਿਹੜੇ ਡੰਡ ਪਾਉਂਦੇ ਸਨ, ਤਾਂ ਉਸਨੇ ਮੂਸਾ ਨੂੰ ਆਖਿਆ, ਡੀਜੇ ਚੱਲ ਰਿਹਾ ਹੈ, ਉੱਚੀ ਉੱਚੀ ਗੀਤ ਲੱਗੇ ਹੋਏ ਆ, ਬਾਈਬਲ ਦੇ ਮੁਤਾਬਕ ਉਹ ਨੱਚ ਰਿਹਾ ਟੱਪ ਰਿਹਾ ਬੱਚੇ ਦੇ ਅੱਗੇ ਇੰਜੋਏ ਕਰਦੇ ਪਏ, ਇਹ ਤੂੰ ਆ ਸਾਡਾ ਦੇਵਤਾ, ਤੂੰ ਸਾਨੂੰ ਕੱਢ ਲਿਆਇਆ। ਮੂਸਾ ਦੇ ਹੱਥੋਂ ਫੱਟੀਆਂ ਟੁੱਟ ਗਈਆਂ, ਮੈਂ 40 ਦਿਨ ਭੁੱਖਾ ਪਿਆਸਾ ਇਹਨਾਂ ਨੇ ਮਰ ਰਿਹਾ, ਇਹ ਪਿੱਛੇ ਕੀ ਕਰ ਰਿਹਾ। ਖੁਦਾ ਦੇ ਤਰਲੇ ਕੀਤੇ ਕਿ ਨਹੀਂ ਪ੍ਰਭੂ, ਇਹਨਾਂ ਨੂੰ ਕੁਛ ਨਾ ਕਹਿਣਾ, ਔਰ ਕੀ ਲਿਖਿਆ। ਤਾਂ ਉਸਨੇ ਮੂਸਾ ਨੂੰ ਆਖਿਆ, ਡੇਰੇ ਵਿੱਚ ਲੜਾਈ ਦੀ ਆਵਾਜ਼ ਹੈ। ਹਾਂ, ਤਾਂ ਉਸ ਆਖਿਆ, ਇਹ ਰੌਲਾ ਨਾ ਤਾਂ ਫਤਿਹ ਪਾਉਣ ਵਾਲਿਆਂ ਦਾ ਹੈ, ਨਾ ਇਹ ਰੌਲਾ ਹਾਰਨ ਵਾਲਿਆਂ ਦਾ ਹੈ, ਪਰ ਮੈਂ ਗਾਉਣ ਵਾਲਿਆਂ ਦੀ ਆਵਾਜ਼ ਸੁਣਦਾ ਹਾਂ। ਤਾਂ ਇਹ ਹੋਇਆ ਜਦੋਂ ਡੇਰੇ ਦੇ ਨੇੜੇ ਆਇਆ ਤਾਂ ਉਸਨੇ ਬੱਚੇ ਅਤੇ ਨੱਚਣ ਨੂੰ ਦਿੱਤਾ, ਤਾਂ ਮੂਸਾ ਦਾ ਕ੍ਰੋਧ ਅੱਤ ਭੜਕ ਉੱਠਿਆ ਔਰ ਉਸਨੇ ਫੱਟੀਆਂ ਆਪਣੇ ਹੱਥਾਂ ਤੋਂ ਸੁੱਟ ਦਿੱਤੀਆਂ ਅਤੇ ਪਹਾੜ ਦੇ ਹੇਠ ਉਹਨਾਂ ਨੂੰ ਭੰਨ ਸੁੱਟਿਆ। ਸੁਣੀਏ, ਇਹ ਕੁਛ ਲੈਣ ਚਲਾ ਗਿਆ, ਟਾਈਮ ਲੱਗ ਗਿਆ ਅਤੇ ਕਲੀਸਾ ਦਾ ਸਿਸਟਮ ਚੇਂਜ ਹੋ ਗਿਆ। ਅੱਜ ਵੀ ਇੱਦਾਂ, ਅੱਜ ਵੀ ਇੱਦਾਂ ਹੈਗਾ। ਥੋੜ੍ਹੇ ਦਿਨ ਆਸ਼ੀਸ਼ ਨਾ ਮਿਲੇ, ਅਸੀਂ ਆਪਣੇ ਆਪ ਨੂੰ ਫਿਰ ਹੋਰ ਕੁਛ ਤਬਦੀਲ ਕਰਨ ਦੀ ਕੋਸ਼ਿਸ਼ ਕਰਦੇ। ਦੂਸਰਾ ਵਿਅਕਤੀ ਆਉਂਦਾ ਸ਼ੈਤਾਨ ਦਾ, ਤੈਨੂੰ ਇੰਨੇ ਚਿਰ ਜਾਂਦੇ ਉੱਥੇ ਹੋ ਗਿਆ, ਉੱਥੇ ਕੁਛ ਮਿਲਿਆ ਨਹੀਂ ਤੈਨੂੰ, ਆ ਮੈਂ ਤੈਨੂੰ ਲੈ ਕੇ ਜਾਂਦਾ, ਇਹ 'ਚ ਦੁਸ਼ਟਾਤਮਾ ਆਈ ਆ, ਤੈਨੂੰ ਤੇਰੇ ਹਾਲਾਤ ਨੂੰ ਖਰਾਬ ਕਰਕੇ ਤੈਨੂੰ ਤੇਰੇ ਪਹਿਲੇ ਵਿਸ਼ਵਾਸ ਤੋਂ ਡਾਊਨ ਕਰਨਾ ਚਾਹੁੰਦੀ ਹੈ। ਰਹਿਣਾ ਇੰਨੇ ਨਹੀਂ ਆ, ਲੇਕਿਨ ਉਹਦੇ ਵਿੱਚੋਂ ਆ ਕੇ ਤੈਨੂੰ ਪੀੜਦੀ ਪਈ ਆ। ਉਹਨੂੰ ਦੱਸੋ ਮੇਰੇ ਪੈਰ ਚੱਟਾਨ 'ਤੇ ਜੰਮੇ ਪਏ ਆ, ਬਾਈਬਲ ਦੇ ਮੁਤਾਬਕ, ਅਤੇ ਚੱਟਾਨਾਂ ਨੂੰ ਤੋੜਨਾ ਇੰਨਾ ਆਸਾਨ ਨਹੀਂ, ਛੋਟੇ ਮੋਟੇ ਪੱਥਰ ਕੰਧਾਂ ਕੁੰਧਾਂ ਟੁੱਟ ਜਾਣਗੀਆਂ। ਚੱਟਾਨ ਨੂੰ ਤੋੜਨ ਵਾਸਤੇ ਬਹੁਤ ਵੱਡੀ ਗੱਲ ਚਾਹੀਦੀ ਹੈ, ਆਪਣੀ ਤਲੀਮ ਦੀ ਰਾਖੀ ਕਰਨੀ ਔਰ ਵਚਨ ਨੂੰ ਚੇਤੇ ਰੱਖਣਾ, ਆਪਣੀ ਜ਼ਰੂਰਤ ਲਈ ਵਚਨ ਨੂੰ ਬੋਲਣਾ। ਖੁਦਾ ਨੂੰ ਕਹੋ ਜੇ ਤੂੰ ਮੈਨੂੰ ਬਾਹਰ ਲੈ ਕੇ ਜਾਏਗਾ, ਇਹ ਤੇਰਾ ਗਵਾਹ ਬਣ ਕੇ ਜੀਵੇਗਾ ਉੱਥੇ ਵੀ। ਤਦੇ ਲਿਖਿਆ ਨਾ, ਚਾਹੇ ਤੂੰ ਦੇਸ਼ ਚਾਹੇ ਵਿਦੇਸ਼ ਵਿੱਚ ਰਵੇਂ, ਆਪਣੇ ਖੁਦਾ ਨੂੰ ਮੰਨ ਪਾਉਂਦਾ ਰਹੀਂ, ਉਹਨਾਂ ਵਰਗਾ ਨਾ ਬਣੀ ਜਿੱਦਣ ਦੇ ਉਹ ਆ, ਤੂੰ ਉਹੀ ਰਹੀਂ ਜਿੱਦਾਂ ਦਾ ਤੇਰਾ ਖੁਦਾ ਆ। ਇਹਨੂੰ ਖਿਆਲ ਨਾਲ ਸੁਣਨਾ ਬਾਈਬਲ ਕੀ ਕਹਿੰਦੀ। ਦੋ ਆਇਤਾਂ ਛੋਟੇ ਛੋਟੇ ਪੜ੍ਹਾਂਗੇ, ਦੂਜਾ ਕਰੰਥੀਆਂ ਉਹਦਾ 12 ਅਧਿਆਇ ਦੀ 20 ਹੈ ਔਰ ਗਲਤੀਆਂ 4 ਅਧਿਆਇ ਦੀ 8 ਹੈ, ਇਹ ਦੋ ਲੈਣਾ ਪੜ੍ਹਾਂਗੇ ਕੀ ਲਿਖਿਆ। ਦੂਸਰਾ ਕਰੰਥੀਆਂ 12 ਅਧਿਆਇ ਦੀ 20 ਹੈ ਔਰ ਗਲਤੀਆਂ 4 ਅਧਿਆਇ ਦੀ 8 ਹੈ, ਤਦੀ ਉਹਨੇ ਕਿਹਾ ਨਾ 5000 ਦੀ ਪੀੜ ਚਮਤਕਾਰ ਦੇਖਣ ਵਾਲੀ ਤਾੜੀਆਂ ਅਤੇ ਹਾਲੇਲੂਯਾ ਨਾਰੇ ਵਾਲੀ ਸਭ ਵਾਪਸ ਚਲੀ ਗਈ ਯਸੂ ਦੇ ਸਮੇਂ 'ਤੇ। 5000 ਦੀ ਪੀੜ, 4000 ਦੀ ਪੀੜ, ਸਭ ਫੀਲਿੰਗ ਦੇਖਣ ਵਾਲੇ ਚਮਤਕਾਰ ਦੇ ਰੋਟੀਆਂ ਸਭ ਚਲੇ ਗਏ। ਯਸੂ ਸੀ ਨੇ ਪੁੱਛਿਆ, ਕਿਆ ਤੁਸੀਂ ਵੀ ਜਾਣਾ ਚਾਹੁੰਦੇ ਹੋ? ਪਤਰਸ ਕਹਿੰਦਾ, ਖੁਦਾਵਾਨ ਜ਼ਿੰਦਗੀ ਦੀਆਂ ਗੱਲਾਂ ਤਾਂ ਤੇਰੇ ਕੋਲ ਆ। ਇਹ ਗਾਣਾ ਬਹੁਤ ਅੱਛਾ, ਮੈਂ ਕਿੱਥੇ ਜਾਵਾਂ ਨਾਸਰੀ, ਜਿਉਂਦੀਆਂ ਗੱਲਾਂ
ਬੋਲੋ ਜਿਉਣ ਦੀਆਂ ਗੱਲਾਂ। ਚਮਤਕਾਰ ਵਾਲੇ ਦੇ ਕੋਈ ਪੈਰ ਨਹੀਂ। ਜਿੱਦਣ ਚਮਤਕਾਰ ਖੁਦਾ ਨੇ ਉਹਨੂੰ ਨਾ ਇਸਤੇਮਾਲ ਕੀਤਾ, ਇਹਨੇ ਭੱਜ ਜਾਣਾ। ਚਮਤਕਾਰ ਦੀ ਇੱਛਾ ਆ, ਖੁਦਾ ਕਰੇ ਨਾ ਕਰੇ, ਲੇਕਿਨ ਬਾਈਬਲ ਇਹ ਜੀਵਿਤ ਵਚਨ ਹਮੇਸ਼ਾ ਆ। ਤਦੀ ਕੀ ਲਿਖਿਆ ਨਾ, ਜ਼ਿੰਦਗੀ ਦੀਆਂ ਗੱਲਾਂ ਤਾਂ ਉਹ ਜਿਹੜੇ ਵਾਪਸ ਆਏ ਕਹਿੰਦੇ ਬਾਕੀ ਕਿੱਥੇ ਗਏ, ਕਹਿੰਦੇ ਸਾਨੂੰ ਨਹੀਂ ਪਤਾ ਕਿੱਥੇ ਆ। ਪਰ ਪੱਤਰ ਕਹਿੰਦਾ ਸੀ ਜ਼ਿੰਦਗੀ ਦੀਆਂ ਗੱਲਾਂ ਤੇਰੇ ਕੋਲ ਚਾਹੁੰਦੇ ਹਾਂ। ਚੇਲੇ ਲੁੱਟੇ ਮਸੀਹ ਵਿੱਚ। ਮੇਰੇ ਭੈਣ ਭਰਾਓ, ਜਿੰਨੀਆਂ ਚੰਗਿਆਈਆਂ ਮੇਰੇ ਦੁਆਰਾ ਹੋਈਆਂ, 10-15-20 ਹਜ਼ਾਰ ਦੇ ਉੱਤੋਂ ਜ਼ਿਆਦਾ ਹੀ, ਇੱਥੇ ਤੁਹਾਨੂੰ ਨਹੀਂ ਨਜ਼ਰ ਆਉਣਗੇ। ਪਰ ਜਿਹੜੇ ਸੰਤਾਨ ਵਚਨ ਦੀ ਸੰਤਾਨ ਆ, ਉਹੀ ਇੱਥੇ ਬੈਠੀ ਆ, ਉਹ ਸੁਣੇਗੀ, ਕਲਾਮ ਸੁਣੇਗੀ। ਵਚਨ ਵਾਲਾ ਵਚਨ ਲੈ ਕੇ ਦੁਆ ਕਰੇਗਾ, ਜਿਹੜਾ ਵਚਨ ਨੂੰ ਜਾਣਦਾ, ਅਤੇ ਖੁਦਾ ਨੂੰ ਸਰਫਰਾਜ਼ ਕਰੇਗਾ। ਇੱਥੇ ਪੜ੍ਹੀਏ ਕੀ ਲਿਖਿਆ, ਪੜ੍ਹੀਏ। ਕਿਉਂਕਿ ਮੈਂ ਡਰਦਾ ਹਾਂ ਵੀ ਕਿਤੇ ਆ ਨਾ ਹੋਵੇ ਜੋ ਮੈਂ ਆਣ ਕੇ ਇਹੋ ਜਿਹੇ ਤੁਹਾਨੂੰ ਚਾਹੁੰਦਾ ਹਾਂ ਉਹੋ ਜਿਹੇ ਨਾ ਪਾਵਾਂ। ਜਿਵੇਂ ਮੂਸਾ ਗਿਆ ਸੀ, ਜਿਵੇਂ ਛੱਡ ਕੇ ਗਿਆ ਸੀ, ਤਿਵੇਂ ਜਾਂ ਨਹੀਂ ਉਹਨੇ ਪਾਇਆ, ਹੋਰ ਤਰ੍ਹਾਂ ਦੇ ਪਾਲਤਾ। ਜਿਵੇਂ ਛੱਡ ਕੇ ਗਿਆ ਸੀ, ਉਦਾਂ ਦੇ ਨਹੀਂ ਮੁੜ ਕੇ ਮਿਲੇ। ਫਿਰ ਸਲਾਈਨ ਪੜ੍ਹੋ ਦੁਬਾਰਾ। ਕਿਉਂ ਜੋ ਮੈਂ ਡਰਦਾ ਹਾਂ, ਇੱਦਾਂ ਲਿਖਿਆ, ਮੈਂ ਡਰਦਾ ਹਾਂ ਪੌਲਸੁਲ ਕਹਿੰਦੇ, ਵੀ ਕਿਤੇ ਇਉਂ ਨਾ ਹੋਵੇ, ਕਿਤੇ ਇਉਂ ਨਾ ਹੋਵੇ ਜੋ ਮੈਂ ਆਣ ਕੇ ਜਿਹੋ ਜਿਹੇ ਤੁਹਾਨੂੰ ਚਾਹੁੰਦਾ, ਜਿਹੋ ਜਿਹਾ ਮੈਂ ਤੁਹਾਨੂੰ ਚਾਹੁੰਦਾ ਸੀ, ਉਹੋ ਜਿਹੇ ਨਾ ਪਾਵਾਂ, ਕਿਤੇ ਉਹੋ ਜਿਹਾ ਨਾ ਪਾਵਾਂ, ਅਤੇ ਤੁਸੀਂ ਮੈਨੂੰ ਵੀ ਉਹੋ ਜਿਹਾ ਪਾਓ ਜਿਹੋ ਜਿਹਾ ਨਹੀਂ ਚਾਹੁੰਦੇ ਹੋ। ਮੈਂ ਦੱਸਣਾ ਚਾਹੁੰਦਾ, ਮੈਂ ਜਿੱਦਾਂ ਦਾ ਗਿਆ ਉਦਾਂ ਦਾ ਵਾਪਸ ਆਇਆ, ਉਦਾਂ ਹੀ ਹੈ। ਕਿਉਂਕਿ ਖੁਦਾ ਦਾ ਜਿਹੜਾ ਰੂਪ ਆ, ਉਹਦੇ ਵਿੱਚ ਰਹਿ ਕੇ ਜੀਣਾ, ਉਹਦੇ ਸਰੂਪ 'ਚ। ਬਾਅਦ 'ਚ ਲਿਖਿਆ, ਦੁਨੀਆ ਸੇ ਸਰਦਿਸ਼ੇ ਨਾ ਬਣੋ, ਦੁਨੀਆ ਦੇ ਰੂਪ 'ਚ ਨਹੀਂ ਬਣਨਾ। Do not be conformed to the image of this world. ਰੋਮੀਆ 12 ਬਾਪ 3 'ਚ ਲਿਖਿਆ ਹੈ। And Romans 12 verse 3. ਕਿੱਦਾਂ ਦੇ ਬਣਨਾ ਹੈ? ਜਿੱਦਾਂ ਦਾ ਤੇਰਾ ਖੁਦਾ ਆ। And the way your God is. ਫਿਰ ਤੈਨੂੰ ਸਰ ਤੋਂ ਕੋਈ ਚੀਜ਼ ਰੋਕ ਨਹੀਂ ਸਕੇ। And nothing can stop you from heaven. ਇਹ ਲਾਈਨ ਬਹੁਤ ਅੱਛੀ ਲਿਖੀ ਆ। ਜਦੋਂ ਵਾਪਸ ਆਇਆ, ਉਹਦੇ ਦੇਖਿਆ ਸਭ ਕੁਝ ਤਬਦੀਲ ਹੋਇਆ ਪਿਆ, ਨਾਚ ਰੰਗ ਹੋ ਰਿਹਾ। ਛੱਡ ਕੇ ਪਾਕ ਗਿਆ ਸੀ, ਪਾਕ ਸਾਹਿਬ ਲੋਕਾਂ ਨੂੰ, ਮੁੜ ਕੇ ਗੰਦੇ ਹੋ ਗਏ। And again they became corrupt. ਕਈ ਵਿਸ਼ਵਾਸੀਆਂ ਦਾ ਹਾਲ ਵੀ ਇਹੀ ਹੈ। And some believers are like this. ਉਹ ਜਾਂਦੇ ਇੱਥੋਂ ਕਿਸ ਤਰ੍ਹਾਂ ਦੇ ਸੀ, ਤੇ ਫਿਰ ਮੁੜ ਕੇ ਦੇਖੋ ਉਹ ਸਭ ਕੁਝ ਰੂਪਾਂਤਰ ਹੋਇਆ ਹੁੰਦਾ। And they go in a nice way but they become different. ਉੱਥੇ ਇੱਕ ਮੈਂ ਗੱਲ ਜ਼ਰੂਰ ਸਖਤਾਈ ਨਾਲ ਕਹੀ ਹੈ। And one thing that I strictly said. ਮੈਂ ਕਿਹਾ ਜਿਹੜੇ ਤੁਸੀਂ ਬਾਈਬਲ ਨੂੰ ਜਾਣਦੇ ਨਾ, And those who know the Bible. ਮੈਂ ਤੁਹਾਡੇ ਡਾਂਸ ਵੇਖੇ ਆ, ਜਿਹੜੇ ਬੰਦਗੀ ਤੋਂ ਬਾਅਦ ਕੋਈ ਮੈਰਿਜ ਪਾਰਟੀਆਂ ਕਰਦੇ, ਉਹ ਵਿਆਹ ਸ਼ਾਦੀ ਡੀਜੇ ਉਹਨਾਂ ਦੇ ਲੱਗੇ ਹੁੰਦੇ ਪੰਜਾਬੀ ਗੀਤ, ਉੱਥੇ ਸਭ ਨੱਚ ਰਹੇ ਹੁੰਦੇ। That I've seen you dancing on DJs. ਉਹਨਾਂ ਕੋਲ ਕਿਸੇ ਦੇ ਕੋਈ ਜਵਾਬ ਨਹੀਂ ਸੀ ਮੇਰਾ। And then nobody had the answer. ਕਿ ਤੁਸੀਂ ਖੁਦਾ ਦੇ ਲੋਕ ਹੋ? Are you the people of God? ਤੁਸੀਂ ਉਹ ਸ਼ੈਂਪੀਨ ਸ਼ੂਪੀਨ ਜੀ ਕੋਈ ਪੀਨੇ ਹੋ? ਕਹਿੰਦੇ ਨਹੀਂ, ਇਹ 'ਚ ਇੰਨਾ ਨਸ਼ਾ ਨਹੀਂ ਹੁੰਦਾ। And they drink all kind of ਕੁਛ ਲੋਕ ਉੱਥੇ ਵਾਈਨ ਜੀ ਪੀਂਦੇ, ਵਾਈਨ ਰੱਖੀ ਬੋਤਲ ਉਹ ਪੀਂਦੇ ਹਨ। And some people drink wine. ਉੱਥੇ ਉਹ ਕਹਿੰਦੇ ਨਸ਼ਾ ਨਹੀਂ ਹੁੰਦਾ, ਜੇ ਬੀਅਰ ਬੀਅਰ ਸਮਝ ਕੇ ਲੋਕਾਂ ਨੂੰ ਪੀ ਜਾਂਦੇ। And they say it's alcohol free. ਮੈਂ ਸਤਨ Shall I tell you something? ਲਿਖਿਆ ਥੋੜਾ ਜਿਹਾ ਖਮੀਰ ਸਾਰੇ ਗੁੰਝੇ ਆਟੇ ਨੂੰ ਖਮੀਰਾ ਕਰ ਦਿੰਦਾ। And a small leaven can make ਤੇਰੀ ਥੋੜੀ ਜਿਹੀ ਵਾਈਨ ਜਿਹੜੀ ਪਿੱਛੇ ਦੀ ਅੰਗੂਰਾਂ ਦਾ ਜਿਹੜੇ ਜਹਾਜ਼ 'ਚ ਬੈਠੋਗੇ ਉੱਥੇ ਵੀ ਤੁਹਾਨੂੰ ਪੁੱਛਦੇ ਆ। And even when you travel ਉਹ ਪੁੱਛਣ ਕਿ ਤੁਸੀਂ ਕੋਲਡ ਡਰਿੰਕ ਲੈਣੀ, ਵਾਟਰ ਲੈਣਾ ਜਾਂ ਇਹ ਸ਼ੈਂਪੀ ਪੀਣੀ ਹੈ। And they offer you ਇਹ ਤਾਂ ਹੁਣ ਤੇਰੀ ਸਮਝ ਆ, ਤੂੰ ਕੀ ਪੀਣਾ ਹੈ। And it depends on you what you choose. ਤੂੰ ਜ਼ਿੰਦਗੀ ਪੀਣੀ, ਮੌਤ ਪੀਣੀ ਹੈ? You want life or death? ਇਹ ਹਾਲਾਤ ਨੂੰ ਮੈਂ ਤੁਹਾਡੇ ਹਾਲਾਤ ਆ, ਤੁਸੀਂ ਪਾਰਟੀਆਂ ਤੇ ਨੱਚਦੇ ਆ,
ਤੇ ਸੰਡੇ ਨੂੰ ਇੱਥੇ ਆ ਕੇ ਵਰਸ਼ਿਪ ਕਰਦੇ and you do all kind of enjoyment. This church vich kadi putratma nahi utar sakda ohnu dass and such churches can never have holy spirit masi vich mere pehn pro my brothers and sisters kithe aatma utrega where would the holy spirit descend jithe khuda da vachan hovega where there is the word of god utthe khuda gallan karega there only god would talk ithe ki likhya what is written here ye 12 bhi ayat hai na and jeho ja main tenu chhad ke gaya odda da main tenu na paawa ye usli dukh di gall si hun padhiye tusi galatiyan likha 4 bab odi 8 hai ਪਰ ਉਸ ਵੇਲੇ ਪਰਮੇਸ਼ੁਰ ਤੋਂ ਅਣਜਾਣ ਜੋ ਸਾਓ ਜਿਲੇ ਅਸੀਂ ਯਸੂ ਮਸੀਹ ਨੂੰ ਨਹੀਂ ਸੀ ਜਾਣਦੇ ਅਣਜਾਣ ਸੀ ਉਸ ਅਸੀਂ ਮੂਰਤੀ ਪੂਜਕ ਸੀ ਔਰ ਤੁਸੀਂ ਉਹਨਾਂ ਦੇ ਬੰਧਨ ਵਿੱਚ ਸੀ ਅਸੀਂ ਉਹਨਾਂ ਦੇ ਬੰਧਨ ਵਿੱਚ ਸੀ ਜਿਹੜੇ ਅਸਲ ਵਿੱਚ ਈਸ਼ਵਰ ਨਹੀਂ ਜਿਹੜੇ ਅਸਲ ਵਿੱਚ ਈਸ਼ਵਰ ਨਹੀਂ ਸੀ ਔਰ ਫਿਰ ਪਰ ਹੁਣ ਜੋ ਤੁਸੀਂ ਪਰਮੇਸ਼ੁਰ ਨੂੰ ਜਾਣ ਲਿਆ ਹੁਣ ਤੁਸੀਂ ਇਸਰਾਇਲੀਓ ਪਰਮੇਸ਼ੁਰ ਨੂੰ ਜਾਣ ਲਿਆ ਸਗੋਂ ਪਰਮੇਸ਼ੁਰ ਨੇ ਤੁਹਾਨੂੰ ਜਾਣ ਲਿਆ ਔਰ ਅਸੀਂ ਵੀ ਉਹਨੂੰ ਜਾਣ ਗਏ ਕੋਈ ਪ੍ਰਭੂ ਆ ਤੇ ਉਹਨੇ ਵੀ ਸਾਨੂੰ ਕੀ ਕਰ ਲਿਆ ਕਿ ਇਹ ਮੇਰੀ ਬੇਟੀ ਆ ਤੇ ਆ ਮੇਰਾ ਬੇਟਾ ਆ ਐਵੇਂ ਥੋੜੀ ਉਹਨੇ ਗੀਤ ਗਾਇਆ ਤੂੰ ਆ ਮੇਰੀ ਬੇਟੀ ਤੂੰ ਆ ਮੇਰੇ ਤੂੰ ਆ ਮੇਰੀ ਬੇਟੀ ਤੂੰ ਆ ਮੇਰੇ ਚਿੰਤਾ ਨਾ ਤੇਰੀ ਲੜਾਈ ਖੁਦ ਮੈਂ ਲੜੂੰਗਾ ਤੂੰ ਆ ਮੇਰੀ ਬੇਟੀ ਤੂੰ ਆ ਮੇਰੇ ਬੇਟੇ ਤੂੰ ਆ ਬੇਟੀ ਇਹਨੂੰ ਹੁਣ ਖਿਆਲਾਂ ਸੁਣੀਏ ਬਾਈਬਲ ਕੀ ਕਹਿੰਦੀ ਹੈ ਇਹ ਖੁਦਾ ਕਹੇਗਾ ਇਹ ਤੇਰਾ ਖੁਦਾ ਕਹੇਗਾ ਤੈਨੂੰ ਤੂੰ ਮੇਰੀ ਬੇਟੀ ਆ ਦੇਖ ਤੇਰੇ ਲਈ ਮੈਂ ਕੀ ਕੀਤਾ ਹੈ ਰੋਮੀਆਂ 8:32 'ਤੇ ਲਿਖਿਆ ਜਿਹਨੇ ਆਪਣੇ ਪੁੱਤਰ ਦਾ ਸਰਫਾ ਨਹੀਂ ਕੀਤਾ ਉਹ ਤੈਨੂੰ ਬਾਕੀ ਵਸਤੂਆਂ ਕਿਉਂ ਨਹੀਂ ਦੇਵੇਗਾ ਸਭ ਤੋਂ ਕੀਮਤੀ ਚੀਜ਼ ਦਿਲ ਦਾ ਟੁਕੜਾ ਉਹਨੇ ਕੁਰਬਾਨ ਕਰਤਾ ਤੁਹਾਡੇ ਔਰ ਮੇਰੇ ਲਈ ਇਹ ਧਰਤੀ ਦਾ ਪੈਸਾ ਦੌਲਤ ਚੀਜ਼ਾਂ ਕਾਰ ਮਕਾਨ ਇਹ ਤਾਂ ਨੋਰਮਲ ਜੀ ਗੱਲ ਆ ਤੁਹਾਡੇ ਵਾਸਤੇ ਪਰ ਆਪਣੇ ਦਰਸ਼ਨ ਨੂੰ ਰੱਖੀਏ ਬਰਕਰਾਰ ਖੁਦਾ ਦੇ ਵਿੱਚ ਪੱਕੇ ਹੋਈਏ ਅਤੇ ਬਾਈਬਲ ਦੀ ਜਿਹੜੀ ਆਇਤ ਆ ਗਲਤੀਆਂ ਦਾ ਖੱਤ ਲਿਖਿਆ ਇਹ ਆਇਤ ਜਿਹੜੀ ਆ ਬਹੁਤ ਜਿਹੜੀ ਹੁਣ ਐਤ ਪੜ੍ਹਦੇ ਪਹੁੰਚੀ ਤੁਸੀਂ ਪਰਮੇਸ਼ੁਰ ਨੂੰ ਜਾਣ ਲਿਆ ਅਤੇ ਪਰਮੇਸ਼ੁਰ ਨੇ ਤੁਹਾਨੂੰ ਕੀ ਕਰ ਲਿਆ ਜਾਣ ਲਿਆ ਔਰ ਫਿਰ ਪਰ ਹੁਣ ਜੋ ਤੁਸੀਂ ਪਰਮੇਸ਼ੁਰ ਨੂੰ ਜਾਣ ਗਏ ਹੋ ਹਾਂ ਸਗੋਂ ਪਰਮੇਸ਼ੁਰ ਨੇ ਤੁਹਾਨੂੰ ਜਾਣ ਲਿਆ ਹਾਂ ਤਾਂ ਕੀ ਕਿ ਤੁਸੀਂ ਫਿਰ ਉਹਨਾਂ ਨਿਰਬਲ ਅਤੇ ਨਿਕੰਮੀਆਂ ਮੂਲ ਗੱਲਾਂ ਦੇ ਵੱਲ ਮੁੜ ਜਾਂਦੇ ਹੋ ਇਹ ਜਿਹੜੇ ਲੋਕ ਸੀ ਫਿਰ ਛੱਡ ਕੇ ਆਏ ਸੀ ਮੂਰਤੀ ਪੂਜਾ ਮਿਸ਼ਰ ਵਿੱਚ ਨੇ ਤਾਕਾ ਪਾਏ ਸੀ ਮੰਨਣੇ ਰਾਜੇ ਦੀ ਕਹਿੰਦੇ ਨਹੀਂ ਜਿੱਥੇ ਖੁਦਾ ਨੇ ਕਿਹਾ ਸਾਨੂੰ ਉੱਥੇ ਹੀ ਪਾਸਾ ਕਰਾਂਗੇ ਪਰ ਰਸਤੇ ਵਿੱਚ ਆ ਕੇ ਸਿਸਟਮ ਚੇਂਜ ਹੋ ਗਿਆ ਇੱਦਾਂ ਹੀ ਕੁਛ ਵਿਸ਼ਵਾਸੀ ਜਿਹੜੇ ਸ਼ੁਰੂ ਤੋਂ ਚੱਲਦੇ ਹਨ ਉਹਨਾਂ ਦਾ ਬੜਾ ਖਰਾ ਜੀਵਨ ਵੇਖਿਆ ਹਰ ਗੱਲ 'ਚ ਮਜ਼ਬੂਤ ਜਿਹਨੇ ਕੋਈ ਸਮਾਂ ਪੈਂਦਾ ਫਿਰ ਉਹਨਾਂ ਦਾ ਰਸਤਾ ਚੇਂਜ ਹੋ ਜਾਂਦਾ ਇਹੀ ਇਹਨਾਂ ਨਾਲ ਹੋਇਆ ਇਹ ਆਪਣੇ ਰਸਤੇ ਤੋਂ ਬੇਮੁੱਖ ਹੋ ਗਏ ਮੇਰੇ ਭੈਣ ਭਰਾਓ ਜੋ ਅੰਤ ਤੋੜੀ ਸਹੇਗਾ
ਉਹ ਜ਼ਿੰਦਗੀ ਦਾ ਤਾਜ ਪਾਏਗਾ। ਇਹ ਰਸਤੇ ਵਿੱਚ ਹੀ ਇਰਾਦੇ ਬਦਲ ਗਏ। ਕੋਈ 10 ਸਾਲ ਬਦਲ ਜਾਂਦਾ, ਕੋਈ 15 ਸਾਲਾਂ ਬਦਲ ਜਾ। ਰੋਜ਼ ਦੁਆ ਕਰੋ ਜਦ ਤੱਕ ਤੇਰਾ ਬੇਟਾ ਜਿੰਦਾ ਰਹੇ, ਖੁਦਾਵਨ ਮੇਰੇ ਇਰਾਦੇ ਤੇਰੇ ਵਿੱਚ ਪੱਕੇ ਰਹਿਣ, ਅਤੇ ਮੌਤ ਵੀ ਤੇਰੇ ਪਿਆਰ ਤੋਂ ਮੈਨੂੰ ਜੁਦਾ, ਅਤੇ ਫਿਰ ਆਇਤ ਪੂਰੀ ਖੋ ਜਾਏ ਕਿ ਕੌਣ ਸਾਨੂੰ ਉਹਦੇ ਪਿਆਰ ਤੋਂ ਜੁਦਾ ਕਰ ਸਕਦਾ ਆ। ਜਿਹਦੇ ਲਈ ਮੈਂ ਆਇਆ ਹਾਂ, ਜਿਹਨੂੰ ਮੈਂ ਜਾਣ ਲਿਆ ਆ, ਅਤੇ ਖੁਦਾ ਨੇ ਤੁਹਾਨੂੰ ਜਾਣ ਲਿਆ ਕਿ ਮੇਰੇ ਬੇਟੀ ਨੇ, ਮੇਰੇ ਬੇਟੇ ਨੇ ਮਨ ਫਿਰਾਇਆ, ਪਾਣੀ ਦਾ ਬਸਮਾ ਲਿੱਤਾ ਇਹਨੇ, ਔਰ ਮੇਰੇ ਨਾਲ ਚੱਲ ਰਿਹਾ ਆ। ਇੱਕ ਦਿਨ ਚੱਲਦੇ ਚੱਲਦੇ ਅਸੀਂ ਅਲੋਪ ਹੋ ਜਾਵਾਂਗੇ ਹਨੂਕ ਅਤੇ ਏਲੀਆ ਵਾਂਗੂ, ਅਤੇ ਉਹਦੇ ਰਾਹ 'ਚ ਪ੍ਰਵੇਸ਼ ਕਰਾਂਗੇ। ਪਰ ਇੱਕ ਗੱਲ ਜ਼ਰੂਰ ਚੇਤੇ ਰੱਖਣਾ, ਬਾਈਬਲ ਪੜ੍ਹੀ ਹੋਈ ਦੁਆ ਕਰਨੀ ਅਤੇ ਇੱਕ ਗੱਲੀ 'ਚ ਉਹਨੇ ਦੁਆ ਕਰਨੀ, ਦੋਨਾਂ 'ਚ ਫਰਕ ਆ। ਇਹਨੇ ਇੱਕ ਦੁਆ ਕੀਤੀ ਜਿਹੜੀ ਵਾਚਾ ਅਬਰਾਹਮ, ਇਸਹਾਕ ਅਤੇ ਯਕੂਬ ਨਾਲ ਤੂੰ ਕੀਤੀ ਆ, ਉਹਨੂੰ ਚੇਤੇ ਕਰ, ਅਤੇ ਖੁਦਾ ਦਾ ਇਰਾਦਾ ਬਦਲ ਗਿਆ। ਜੇ ਖੁਦਾ ਨੂੰ ਕਹੋਗੇ ਨਾ ਕਿੱਥੇ ਲਿਖਿਆ ਖੁਦਾਵਨ ਕਿ ਤੇਰੇ ਬੱਚੇ ਭੁੱਖੇ ਰਹਿਣਗੇ, ਮੈਨੂੰ ਦੱਸ। ਲਿਖਿਆ ਬਕਾਜੇ ਪੰਛੀਆਂ ਨੂੰ ਵੇਖੋ ਨਾ ਬੀਜਦੇ ਨਾ ਵੜਦੇ, ਕਿੱਥੇ ਲਿਖਿਆ ਤੇਰੀ ਅਣਸ ਮੰਗੇਗੀ। ਜਿਹੜੇ ਬਾਈਬਲ ਅੰਦਰ ਹੋਵੇਗੀ ਤਾਂ ਹਵਾਲੇ ਖੁਦਾ ਦੇ ਸਾਹਮਣੇ ਦੁਆ 'ਚ ਖੋਲ੍ਹ ਕੇ ਬੈਠੇ ਹੋਵੋਗੇ, ਲੰਬਾ ਟਾਈਮ ਲੱਗੇਗਾ। ਖੁਦਾ ਉਸ ਗੱਲ ਨੂੰ ਪੂਰਾ ਕਰਨ 'ਚ ਵਿਲੰਬ ਨਹੀਂ ਕਰੇਗਾ, ਛੇਤੀ ਤੇਰੇ ਲਈ ਆਪਣੇ ਬੱਚੇ ਨੂੰ ਕੀ ਕਰ ਦੇਗਾ, ਪੂਰਾ ਕਰ ਦੇਗਾ। ਮਸੀਹ ਵਿੱਚ ਮੇਰੇ ਭੈਣ ਭਰਾਓ, ਕਿਤੇ ਵੀ ਮੈਂ ਚਲਾ ਜਾਵਾਂ, ਲੇਕਿਨ ਆਪਣੇ ਅਤੇ ਆਪਣੀ ਤਾਲੀਮ ਨੂੰ ਕੀ ਕਰਨਾ, ਆਪਣੇ ਇੱਜੜ ਦੀ ਕੀ ਕਰਨੀ ਆ, ਰਾਖੀ ਕਰਨੀ ਆ। ਕੋਈ ਮੁਰਦਾ ਵੀ ਜਿੰਦਾ ਕਰਦਾ ਹੈ, ਕੁਛ ਵੀ ਕਰਦੇ, ਤੁਸੀਂ ਆਪਣੇ ਖੁਦਾ ਨੂੰ ਦੇਖਣਾ ਆ। ਉਹਨੂੰ ਕਹੋ ਹੋ ਸਕਦਾ ਆ ਇਹ ਮੌਜਾ ਜਿਹੜਾ ਉੱਥੇ ਹੋ ਮੇਰੇ ਦੁਆਰਾ ਵੀ ਖੁਦਾ ਕਰ ਸਕਦਾ। ਇਹੋ ਜਿਹਾ ਇਮਾਨ ਰਕੋਨ ਦਿਖਾਓ, ਇਹ ਕੋਈ ਵੱਡੀ ਗੱਲ ਨਹੀਂ ਮੇਰੇ ਦੋਸਤ, ਮੇਰੇ ਪਾਦਰੀ ਸਾਹਿਬ, ਮੇਰੇ ਤੁਸੀਂ ਆਇਓ ਸਾਡੇ ਕੋਲ, ਮੇਰੇ ਭਾਜੀ, ਇਹ ਮੌਜਾ ਖੁਦਾ ਮੇਰੇ ਦੁਆਰਾ ਵੀ ਕਰ ਸਕਦਾ। ਇੰਨਾ ਕੌਨਫੀਡੈਂਸ ਨਾਲ ਕਹੋ ਮੈਂ ਦੁਆ ਕਰੂੰ, ਕਰ ਦੂੰ ਖੁਦਾ। ਅਗਲਾ ਇੱਕ ਵਾਰ ਤਾਂ ਹਿੱਲੂਗਾ ਕਿ ਬਹੁਤ ਸਟਰੋਂਗ ਆ, ਇਮਾਨਦਾਰ, ਖੁਦਾ ਨਾਲ ਜੁੜੇ ਹੋਏ ਆ। ਅਤੇ ਜਿਹੜੇ ਅਸੀਂ ਖੁਦਾ ਨੂੰ ਕਹੋਗੇ ਨਾ ਪ੍ਰਭੂ, ਉੱਥੇ ਲਿਖਿਆ ਬਿਮਾਰਾਂ 'ਤੇ ਹੱਥ ਰੱਖੋ ਚੰਗੇ ਹੋ ਜਾਣਗੇ, ਅਤੇ ਜੇ ਰੱਖੋਗੇ ਤਾਂ ਅਵਸ਼ਯ ਬਿਮਾਰ ਕੀ ਹੋ ਜਾਣਗੇ, ਮੇਰੇ ਕਹਿਣ ਨਾਲ ਨਹੀਂ, ਉਹਦੇ ਵਚਨ ਨੂੰ ਬੋਲਣਾ ਹੁੰਦਾ। ਅਤੇ ਮੈਂ ਵੀ ਅੱਜ ਤੱਕ ਜਿੰਨੇ ਵੀ ਕੁਛ ਹੋ ਰਿਹਾ ਮੇਰੀ ਜ਼ਿੰਦਗੀ 'ਚ, ਮੈਂ ਵਚਨ ਨਹੀਂ ਬੋਲਦਾ। ਜੇ ਬੱਚਿਆਂ ਨੂੰ ਦੁਆ ਕਰਦਾ ਮੈਂ ਕਹਿੰਦਾ ਪ੍ਰਭੂ ਬੱਚਿਆਂ 'ਤੇ ਹੱਥ ਰੱਖਿਆ, ਅਤੇ ਉਹਨਾਂ ਨੂੰ ਤੂੰ ਬਰਕਤ ਹੀ, ਮੈਂ ਚਾਹੁੰਦਾ ਇਹਨਾਂ ਨੂੰ ਬਰਕਤ ਮਿਲੇ ਤੇਰੇ ਹੱਥ, ਅਤੇ ਖੁਦਾ ਆਪਣੇ ਵਚਨ ਦਾ ਪੱਕਾ ਆ। ਜ਼ਮੀਨ ਅਤੇ ਅਸਮਾਨ ਟਲ ਜਾਣਗੇ, ਉਹਦੇ ਵਚਨ ਦਾ ਇੱਕ ਵੀ ਬਿੰਦੂ ਟਲਣ ਵਾਲਾ। ਅਸੀਂ ਅੱਖਾਂ ਬੰਦ ਕਰਾਂਗੇ, ਅਤੇ ਜੇ ਵਚਨ ਤੁਹਾਡੇ ਸਮਝ ਆ ਗਿਆ ਆ ਕਿ ਇਹ ਬਦਲ ਗਏ, ਲੇਕਿਨ ਪਰਮੇਸ਼ਰ ਦੇ ਦਾਸ ਦੀ ਦੁਆ ਨਾ, ਫਿਰ ਖੁਦਾ ਦਾ ਕਰੋਧ ਠੰਡਾ ਹੋ ਗਿਆ। ਜੇ ਹੋ ਸਕਦਾ ਕੋਈ ਇੱਦਾਂ ਦੀ ਘਟਨਾ ਤੁਹਾਡੇ ਪਰਿਵਾਰ 'ਤੇ ਹੋਵੇ, ਅਤੇ ਜੇ ਮੈਂ ਤੇਰੇ ਲਈ ਦੁਆ ਕਰਾਂ, ਅਤੇ ਜੇ ਖੁਦਾ ਨੇ ਮੂਸਾ ਦੀ ਸੁਣ ਕੇ ਅਤੇ ਉਹਨਾਂ 'ਤੇ ਰਹਿਮ ਕੀਤਾ, ਅਤੇ ਖੁਦਾ ਪਾਸਟਰ ਵਿਜੇ ਦੀ ਦੁਆ ਸੁਣ ਕੇ ਵੀ ਤੇਰੀ ਫੈਮਿਲੀ 'ਤੇ ਅੱਜ ਰਹਿਮ ਕਰੇਗਾ, ਤੇਰੇ 'ਤੇ ਅਨੁਗ੍ਰਹਿ ਕਰੇਗਾ ਅਤੇ ਤੈਨੂੰ ਛੁਟਕਾਰਾ ਦੇਗਾ, ਕਿਉਂਕਿ ਮੈਂ ਆਪਣੇ ਪਰਮੇਸ਼ੁਰ 'ਤੇ ਬੇਮੁੱਖ ਹੋ ਕੇ ਜੀ ਨਹੀਂ ਸਕਦਾ। ਮੈਂ ਭੁੱਖਾ ਰਹਿ ਸਕਦਾ ਹਾਂ, ਮੈਂ ਕੋਈ ਚੀਜ਼ ਨਾ ਮਿਲੇ ਉਹ ਤੋਂ ਬਿਨਾਂ ਮੈਂ ਕਰ ਸਕਦਾ ਹਾਂ, ਪਰ ਖੁਦਾ ਤੋਂ ਬਿਨਾਂ ਅਧੂਰਾ ਹੈ। ਜਿਵੇਂ ਮਛਲੀ ਪਾਣੀ ਤੋਂ ਬਿਨਾਂ ਮਰ ਜਾਏਗੀ, ਤਿਵੇਂ ਜਿਹੜਾ ਅੱਛਾ ਇਮਾਨਦਾਰ ਰੱਬ ਦਾ ਤੁਹਾਡੇ ਵਰਗਾ, ਉਹ ਮਰ ਜਾਏਗਾ ਉੱਥੋਂ ਬਿਨਾਂ। ਇਸ ਕਰਕੇ ਉਹ ਖੁਦਾ ਨੂੰ ਕਦੀ ਛੱਡ ਨਹੀਂ ਸਕਦਾ। ਪ੍ਰਭੂ ਨੂੰ ਕਹੋ, ਦੁਆ ਕਰੋ ਕਿ ਪ੍ਰਭੂ ਮੈਨੂੰ ਆਪਣਾ ਕਲਾਮ ਸਿਖਾ। ਵਚਨ ਲੈ ਕੇ ਦੁਆ ਕਰੋਗੇ ਤਾਂ ਤੁਸੀਂ ਅੱਜ ਤੋਂ ਬਾਅਦ ਆਪਣੇ ਪਰਿਵਾਰ 'ਚ ਕੁਛ ਨਾ ਕੁਛ ਵੇਖੋਗੇ। ਅੱਖਾਂ ਬੰਦ ਰੱਖਾਂਗੇ ਅਤੇ ਆਪਣੇ ਮਨ 'ਚ ਪ੍ਰਾਰਥਨਾ ਕਰਾਂਗੇ। ਜੋ ਵਚਨ ਸੁਣਿਆ ਪ੍ਰਭੂ, ਜੇ ਤੁਸੀਂ ਮੂਸਾ ਦੁਆ ਸੁਣ ਕੇ ਆਪਣਾ ਇਰਾਦਾ ਬਦਲ ਲਿਆ, ਮੈਂ ਹੁਣ ਮੈਨੂੰ ਪਤਾ ਲੱਗਾ
ਕਿ ਜਿਹੜੇ ਤੇਰੇ ਕਲਾਮ ਨੂੰ ਬੋਲਿਆ ਜਾਂਦਾ ਤੂੰ ਆਪਣੇ ਇਰਾਦੇ ਚੇਂਜ ਕਰ ਦੇਣਾ ਹੈ। ਮੁਸ਼ਕਲ ਦੁੱਖ ਬਰਕਤ 'ਚ ਖੁਦਾ ਤਬਦੀਲ ਕਰ ਦਿੰਦਾ। ਜੇ ਤੁਹਾਡੇ ਨਾਲ ਕੋਈ ਜ਼ਿਆਦਾ ਔਖਾ ਸੌਖਾ ਆ, ਖੁਦਾ ਵਚਨ ਬੋਲੋਗੇ ਕਿ ਪ੍ਰਭੂ ਤੇਰਾ ਕਲਾਮ ਦੇ ਮੁਤਾਬਕ ਮੈਂ ਨਾ ਹੰਬਰ ਇਤਨਾ ਬੋਲਿਆ, ਮੈਂ ਗੁੱਸੇ 'ਚ ਨਹੀਂ ਬੋਲਿਆ, ਖੁਦਾ ਉਹਨੂੰ ਨੰਬਰ ਕਰਕੇ ਤੇਰੇ ਸਾਹਮਣੇ ਲੈ ਕੇ ਆਏਗਾ। ਦੂਸਰੀ ਗੱਲ ਲਿਖੀ, ਤੇਰੇ ਮਨ 'ਚ ਕੋਈ ਗਿਲਾ ਜਾ ਕੇ ਪਹਿਲਾਂ ਮੇਲ ਮਿਲਾਪ ਕਰ, ਫਿਰ ਦੁਆ ਕਰੀ। ਕਈ ਲੋਕਾਂ ਨੇ ਦੁਆ ਨਹੀਂ ਛੱਡੀ, ਮੇਲ ਮਿਲਾਪ ਖਤਮ ਕਰਤਾ, ਅਤੇ ਇਹੋ ਜਿਹੀ ਦੁਆ ਵੀ ਰੱਦ ਹੋ ਜਾਏਗੀ। ਬਹੁਤ ਇੱਦਾਂ ਬੀਬੀਆਂ ਦੇ ਅੰਦਰ ਵੀ ਹੈਗਾ, ਨਹੀਂ ਭਾਅ ਜੀ ਅਸੀਂ ਬੁਲਾਉਣਾ ਨਹੀਂ ਆ, ਪਰ ਠੀਕ ਆ ਚਰਚ ਆਉਂਦੇ ਹਾਂ, ਠੀਕ ਆ ਅਸੀਂ ਉਹਨੂੰ ਸ਼ਮਾ ਕਰਤਾ, ਤੂੰ ਹਲੇ ਤੱਕ ਕੀਤਾ ਹੀ ਨਹੀਂ ਮਾਫ਼ੀ, ਕਿਤਾਬ ਪੜ੍ਹੇਗਾ ਤੇ ਨਹੀਂ ਹੋਈ ਮਾਫ਼ੀ। ਹਲੇ ਮਾਫ਼ੀ ਉਦੋਂ ਹੀ ਆ ਜਿਹੜੇ ਜਾ ਕੇ ਤੂੰ ਪਹਿਲੇ ਪਿਆਰ 'ਚ ਆ ਜਾਏਗੀ, ਫਿਰ ਤੇਰਾ ਰਿਸ਼ਤਾ ਠੀਕ ਆ, ਫਿਰ ਖੁਦਾ ਤੈਨੂੰ ਕਹੇਗਾ ਹੁਣ ਤੂੰ ਠੀਕ ਆ। ਦੁਆ ਕਰੀਏ, ਪ੍ਰਭੂ ਅੱਜ ਤੇਰਾ ਸੁਣਿਆ ਕਲਾਮ ਮੇਰੇ ਲਈ ਬਹੁਤ ਫਾਇਦਾ ਹੈ। ਥੈਂਕ ਯੂ ਹੋਲੀ ਸਪਿਰਿਟ, ਥੈਂਕ ਯੂ ਪ੍ਰਭੂ, ਤੇਰਾ ਵਚਨ ਬਹੁਤਾ ਫਲ ਲੈ ਗਿਆ। ਤੇਰੇ ਬੱਚੇ ਕਲਾਮ ਸਿੱਖਣ ਅਤੇ ਕਲਾਮ ਬੋਲਣ ਅਤੇ ਤੇਰੀ ਕੁਦਰਤ ਨੂੰ ਆਪਣੇ ਉੱਤੇ ਦੇਖਣ, ਖੁਦਾ ਤੇਰਾ ਪੁੱਤਰ ਆਤਮਾ ਅਤੇ ਸਾਇਆ ਕਰੇ, ਕਿਉਂਕਿ ਤੂੰ ਵਚਨ ਦਾ ਪਰਮੇਸ਼ਰ ਆ। ਤੇਰੇ ਲੋਕ ਆਸ਼ਿਸ਼ ਨਾਲ ਵਾਪਸ ਆ।